ਉਹ ਗੱਲ ਹੈ ਵੀ ਜਦੋਂ ਵੀ ਤੁਸੀਂ ਕਿਤੇ ਭਟਕਣ ਲੱਗੇ ਹੋ, ਬੰਦਾ ਸੋਚਦਾ ਮੈਂ ਆਹ ਲੈਵਲ ਅਚੀਵ ਕਰ ਲਿਆ, ਮੈਂ ਉੱਥੇ ਪਹੁੰਚ ਗਿਆ, ਮੈਂ ਫਿਰ ਆਹ ਕੀਤਾ, ਮੈਂ ਫਿਰ ਉੱਥੇ ਐ ਹੋਣ ਲੱਗਾ ਸੀ ਤੇ ਮੈਂ ਫਿਰ ਐ ਕੀਤਾ, ਉਹਨੂੰ ਪਤਾ ਨੀ ਮੈਂ ਨੀ ਕੀਤਾ, ਕੰਜਰਾ ਕੋਈ ਸੀਗਾ ਖੜਾ ਉੱਥੇ ਜਿਹਨੇ ਕਰਵਾਇਆ, ਜਿਹਨੂੰ ਵੇਖ ਕੇ ਤੂੰ ਕੀਤਾ ਵੀ ਜੇ ਮੈਂ ਐ ਕਰ ਲਿਆ ਤੇ ਮੈਂ ਜੁੱਤੀ ਲਾ ਲੈਣੀ ਮੇਰੇ ਤੇ। ਤੁਸੀਂ ਚਾਹੁੰਦੇ ਹੋ ਕਿਸੇ ਦਾ ਬੁਰਾ ਚਾਹੁੰਦੇ ਹੋ ਨਾ, ਹਮੇਸ਼ਾ ਹੀ ਤੁਹਾਡੇ ਮਨ ਚ ਚੱਲੀ ਜਾਂਦਾ ਵੀ ਯਾਰ ਇਹਦਾ ਬੁਰਾ ਹੋ ਜੇ, ਯਾਰ ਇਹਦਾ ਐ ਹੋ ਜੇ, ਇਹਦਾ ਨੁਕਸਾਨ ਹੋ ਜੇ, ਇਹਦਾ ਆਹ ਹੋ ਜੇ, ਤੇ ਉਹ ਵਕਤ ਆ, ਉਹਦੀ ਇੱਕੋ ਹੀ ਅੱਖ ਆ, ਉਹਦੀਆਂ ਦੋ ਅੱਖਾਂ ਨੀ, ਬੰਦੇ ਦੀਆਂ ਦੋ ਅੱਖਾਂ ਨੇ, ਵਕਤ ਦੀ ਸਿਰਫ ਇੱਕੋ ਹੀ ਅੱਖ, ਉਸ ਅੱਖ ਨਾਲ ਵੇਖਦਾ ਵਾ ਵੀ ਅੱਛਾ ਇਹਦੇ ਦਿਲ ਚ ਇਹ ਤਮੰਨਾ ਹੈ, ਉਹ ਉਹੋ ਹੀ ਮੋੜਦਾ ਤੁਹਾਨੂੰ, ਉਹਦਾ ਅੱਧੇ ਘੰਟੇ ਬਾਅਦ ਜੀ ਫੋਨ ਆਇਆ ਮੈਨੂੰ, ਕਹਿੰਦਾ ਜੀ ਮੇਰਾ ਫਲਾਣਾ ਸਿੰਘ ਨਾਂ, ਤੇ ਮੈਂ ਟੋਬਾ ਰਹਿਣਾ ਜੀ, ਮੈਂ ਟੋਬਾ ਕੇ ਮਿੰਨੀ ਪੈ ਕੇ ਇੱਧਰ ਹੀ ਸਿੱਖਦੇ ਹੋ, ਮੈਂ ਕਿਹਾ ਅੱਛਾ, ਕਹਿੰਦਾ ਜੀ ਆਈ ਨੂੰ 4 ਮਹੀਨੇ ਹੋਏ ਆ ਇੱਥੇ ਤੇ 2 ਮਹੀਨੇ ਬਾਅਦ ਅਗਲੇ ਸਮੈਸਟਰ ਦੀ ਫੀਸ ਜਮ੍ਹਾਂ ਕਰਾਉਣੀ, ਮੈਂ ਕਿਹਾ ਅੱਛਾ, ਕਹਿੰਦਾ ਭਾਜੀ ਘਰਦਿਆਂ ਨੂੰ ਐਂ ਲੱਗਦਾ ਵੀ ਮੈਂ ਭੱਜ ਗਿਆ, ਘਰਦਿਆਂ ਨੂੰ ਐਂ ਲੱਗਦਾ ਵੀ ਇੱਥੇ ਨੋਟ ਖਿਲ ਰਹੇ ਸੜਕਾਂ ਦੇ ਉੱਤੇ ਤੇ ਇਕੱਠੇ ਕਰਕੇ ਭੇਜਣੀ ਆ, ਵੀ ਤੁਹਾਨੂੰ ਤੇ ਪਤਾ ਹੁਣ ਇੱਥੇ ਉਹ ਹਾਲਾਤ ਰਹੇ ਇੰਟਰਵਿਊਜ਼ ਦੇ ਆਉਂਦੇ ਜਾਂਦੇ ਰਹਿੰਦੇ, ਮੈਂ ਕਿਹਾ ਹਾਂ, ਕਹਿੰਦਾ ਮੈਂ ਕਹਾਂਗੀ ਹੁਣ, ਪਰ ਮੈਂ ਉਹਦੀ ਗੱਲ ਬਣਾ ਕੇ ਨਾ, ਉਹਦੀ ਗੱਲ ਬਣਾ ਕੇ ਵੀ ਮੈਂ ਉਹ ਉਹਨੂੰ ਦੱਸਤੀ, ਉਹ ਰੀਲ ਪਾਈ ਮੈਂ, ਓਕੇ ਉਹ ਰੀਲ ਪਾਈ ਤੇ ਮੈਂ ਉਹਨੂੰ ਭੇਜੀ, ਮੈਂ ਕਿਹਾ ਆਹ ਰੀਲ ਜਿਹੜੀ ਆ ਨਾ ਤੂੰ ਘਰਦਿਆਂ ਤੇ ਤੂੰ ਆਪਣੇ ਘਰਦਿਆਂ ਨੂੰ ਭੇਜੀ, ਉਹਨੂੰ ਭੇਜੀ ਘਰਦਿਆਂ ਨੂੰ, ਉਹਦਾ ਵੱਡਾ ਭਰਾ ਸਮਝ ਗਿਆ, ਵੱਡਾ ਭਰਾ ਮੰਜ਼ਲ ਵੀ ਇੱਕ ਦਿਨ ਮੰਜ਼ਲ ਦਾ ਮੱਥਾ ਚੁੰਮ ਕੇ ਮੁੜੂੰਗਾ ਜ਼ਰੂਰ, ਹਾਲਾਤਾਂ ਨੂੰ ਕਹਿ ਦਿਓ ਮੈਨੂੰ ਭਗੌੜਾ ਸਾਬਤ ਕਰਾਂਗਾ। ਕੋਈ ਕਈ ਇਨਸਾਨ ਐਸੇ ਬਦਕਿਸਮਤ ਹੁੰਦੇ ਨੇ, ਐਸੇ ਬਦਕਿਸਮਤ ਹੁੰਦੇ ਨੇ ਕਿ ਉਹਨਾਂ ਕੋਲ ਅਰਬਾਂ ਰੁਪਈਆ ਹੁੰਦਾ ਉਹਨਾਂ ਕੋਲ, ਪਰ ਗੱਲ ਕਰਨ ਨੂੰ ਕੋਈ ਨਹੀਂ ਹੁੰਦਾ, ਪੈਸਾ ਹੈ, ਪੈਸਾ ਹੈ, ਪਰ ਪੈਸੇ ਦਾ ਕਰਨਾ ਕਰਨਾ ਗੱਲ ਬੰਦੇ ਨੂੰ ਜਦੋਂ ਔਲਾਦ ਟੋਕਦੀ ਆ ਨਾ ਦੁਨੀਆ ਟੋਕ, ਕਹਿੰਦਾ ਵੱਡੇ ਤੋਂ ਵੱਡੇ ਜਿਹੜੇ ਊਤ ਸੀ ਨਾ ਔਲਾਦ ਨੇ ਬੰਦੇ ਦੇ ਪੁੱਤ ਬਣਾ ਦਿੱਤੇ, ਜਿਹੜਾ ਕਿਸੇ ਤੋਂ ਨਹੀਂ ਨਾ ਝੁਕਿਆ ਉਹਨੂੰ ਉਹਦੀ ਔਲਾਦ ਨੇ ਝੁਕਾ ਲਾ, ਉਹਨੇ ਸਕੂਟਰ ਲਿਆ, ਸਕੂਟਰ ਮਿਲਿਆ ਉਹਨੂੰ ਤੇ ਬਹੁਤ ਪੁਰਾਣੀ ਗੱਲ ਹੈ, 2003 ਕਿ 2004-2005 ਦੀ ਗੱਲ ਹੈ, ਸਕੂਟਰ ਮਿਲਿਆ ਤੇ ਉਹਦੇ ਵੱਲ ਵੇਖ ਕੇ ਐਂ ਵੇਖ ਕੇ ਗੱਲ, ਕਹਿੰਦਾ ਮੰਨ ਕੇ ਤੈਨੂੰ ਬਾਈ ਡੰਡੇ ਤੇ ਤੂੰ ਬਹਿਣਾ ਨੀ ਸੀ, ਸਕੂਟਰ ਲੈ ਦਿੱਤਾ, ਸਕੂਟਰ ਲੈ, ਕਹਿੰਦਾ ਚੱਲ ਮਗਰਲੀ ਸੀਟ ਤੇ ਬਹਿ, ਮੈਂ ਕਿਹਨੂੰ ਕਹਿਣਾ, ਕਹਿੰਦਾ ਰੱਬ ਨੂੰ। ਤੇ ਜਾਂਦੇ ਜਾਂਦੇ ਇੱਕ ਮਜ਼ਾਕੀਆ ਗੱਲ ਵੀ, ਪੈਸੇ ਬਹੁਤ ਰਹਿੰਦੇ ਆ ਤੁਹਾਡੇ ਇੰਡਸਟਰੀ ਤੋਂ ਲੈ ਲੈਣੇ, ਥੋੜੇ ਬਹੁਤੇ ਹੋਏ ਇਕੱਠੇ, ਅੱਜ ਇਹਨੂੰ ਕਹੂੰਗਾ ਯਾਰ ਵੀ ਇੰਨੇ ਕੁ ਪੈਸੇ ਰਹਿੰਦੇ ਆ ਤੇਰੇ ਹੱਲ ਦੇ, ਅਗਲਾ ਜਾਂਦਿਆਂ ਨੂੰ ਇੱਜ਼ਤ ਹੀ ਇੰਨੀ ਦੇ ਦਿੰਦਾ, ਹਨਾ ਆਪਣੀ ਕੁਰਸੀ ਛੱਡ ਕੇ ਕਹਿੰਦਾ ਭਾਜੀ ਇੱਥੇ ਬੈਠੋ, ਇੱਥੇ ਬੈਠੋ, ਬੰਦਾ ਸੋਚਦਾ ਯਾਰ ਵੀ ਇਹਨੂੰ ਕੋਈ ਮੰਗਾਂ ਕਿ ਨਾ ਮੰਗਾਂ। ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਪਰ, ਤੇ ਜਿਸ ਸ਼ਖਸੀਅਤ ਦੀ ਅਸੀਂ ਮੁਲਾਕਾਤ ਕਰਾਉਣ ਜਾ ਰਹੇ ਹਾਂ, ਹੁਣ ਸਾਨੂੰ ਇੰਟਰੋਡਕਸ਼ਨ ਦੇਣ ਦੀ ਵੈਸੇ ਤਾਂ ਬਹੁਤ ਸਾਲਾਂ ਤੋਂ ਕਦੇ ਵੀ ਜ਼ਰੂਰਤ ਪਈ ਨਹੀਂ ਹੈਗੀ, ਗੱਲ ਕਰਦੇ ਨਾ ਜਦੋਂ ਨਾ ਤੁਹਾਨੂੰ ਮਿਲਦੇ ਹਾਂ ਭਾਜੀ ਆਫ ਕੈਮਰਾ ਮਿਲੀਏ, ਮੈਂ ਜਿਹੜੀ ਚਿਹਰੇ ਤੇ ਇੱਕ ਸਮਾਈਲ ਮਿਲ ਜਾਂਦੀ ਆ ਉਹਨੂੰ ਦੇਖ ਕੇ ਬੰਦੇ ਦੇ ਨਾ, ਮੈਂ ਇਹ ਗੱਲ ਦੇਖੀ ਆ ਵੇ, ਕਦਰ ਕਿਸੇ ਕਿਸੇ ਨੂੰ ਇਹ ਚੀਜ਼ਾਂ ਦਿੰਦੀਆਂ, ਬੰਦਾ ਆਪਣੇ ਦੁੱਖ ਤਕਲੀਫਾਂ ਸਭ ਕੁਛ ਭੁੱਲ ਜਾਂਦਾ ਹਨਾ, ਵੀ ਉਹ ਇਨਸਾਨ ਸਾਡੇ ਕੋਲ ਆ ਗਿਆ ਵੀ ਹੁਣ ਪੋਜ਼ਿਟਿਵਿਟੀ ਰਹੂਗੀ ਸਾਡੇ ਕੋਲ, ਇਹ ਮੈਨੂੰ ਤਾਂ ਕਿਰਪਾ ਮਾਲਕ ਦੀ, ਮਾਲਕ ਇੱਦਾਂ ਚੜ੍ਹਦੀ ਗੱਲ ਚੜ੍ਹਦੀ ਗੱਲ ਰੱਖੀ। ਹੋਰ ਕਿਵੇਂ ਚੱਲ ਰਹੀ ਹੈ? ਸਭ ਵਧੀਆ ਜੀ, ਆਨੰਦ ਆ, ਆਨੰਦ ਆ, ਕਿਰਪਾ ਜੀ, ਵੈਸੇ ਆਨੰਦ ਚ ਰਹਿਣਾ ਵੀ ਮਤਲਬ ਮੈਂ ਕਹਿੰਦਾ ਵੀ
ਕੋਈ ਇਹ ਵੀ ਬੰਦੇ ਕੋਈ ਕੋਈ ਕਹਿੰਦੇ ਵੀ ਸ਼ੁਕਰ ਨਹੀਂ ਤੇ ਕਿਸੇ ਕੋਲ ਬੈਠ ਜਾ ਅਗਲਾ ਇਹੀ ਕਹਿੰਦਾ ਵੀ ਨਹੀਂ ਯਾਰ ਆਹ ਹੋ ਗਿਆ ਆ ਵੀ ਰਹਿੰਦਾ ਜ਼ਿੰਦਗੀ ਚ ਆ ਵੀ ਰਹਿੰਦਾ ਸਮਝੇ ਨੀ ਉਹਨਾਂ ਗਿਲੇ ਸ਼ਿਕਵੇ ਤੇ ਮੁੱਕਣੇ ਨੀ ਕਦੀ ਜ਼ਿੰਦਗੀ ਦੇ ਵਿੱਚ ਹਰ ਚੜ੍ਹਦਾ ਸੂਰਜ ਆਪਣੇ ਨਾਲ ਇੱਕ ਨਵੀਂ ਸਵੇਰ ਲੈ ਕੇ ਆਉਂਦਾ ਤੇ ਹਰ ਸਵੇਰ ਨਵੀਆਂ ਪ੍ਰੋਬਲਮਸ ਦਾ ਜ਼ਖੀਰਾ ਲੈ ਕੇ ਆਉਂਦੀ ਹੈ ਵੇਖਣਾ ਤੁਸੀਂ ਸਿਰਫ ਇੰਨਾ ਹੁੰਦਾ ਵੀ ਤੁਸੀਂ ਉਹਨਾਂ ਪ੍ਰੋਬਲਮਸ ਨੂੰ ਇੰਜੋਏ ਕਰਨਾ ਵਾ ਕਿ ਦਿਲ ਤੇ ਬੋਝ ਲੈ ਕੇ ਬਹਿ ਜਾਣਾ ਜਿਹੜੀ ਚੀਜ਼ ਸਿਰ ਤੇ ਪੈ ਗਈ ਉਹਨੂੰ ਇੰਜੋਏ ਉਹਨੂੰ ਇੰਜੋਏ ਕਿਉਂ ਨਹੀਂ ਕਰ ਲੈਂਦੇ ਆਪਾਂ ਬਿਲਕੁਲ ਇੰਜੋਏ ਕਰਨਾ ਮੇਰਾ ਮੈਂ ਪ੍ਰੋਡਕਸ਼ਨ 'ਚ ਇਹੋ ਸਿੱਖਿਆ ਕਿ ਪ੍ਰੋਡਕਸ਼ਨ ਇੱਕ ਇਹੋ ਜਿਹੀ ਜੋਬ ਆ ਜਿਹਦੇ 'ਚ ਤੁਹਾਨੂੰ ਕਿਸੇ ਨੇ ਥੈਂਕ ਯੂ ਨਹੀਂ ਕਹਿਣਾ ਹੈ ਨਾ ਜੇ ਤੁਹਾਨੂੰ ਸੈੱਟ 'ਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜ਼ਿੰਮੇਵਾਰ ਕੌਣ ਹੈ ਪ੍ਰੋਡਕਸ਼ਨ ਪ੍ਰੋਡਕਸ਼ਨ ਤੇ ਜੇ ਫਿਲਮ ਹਿੱਟ ਹੋ ਗਈ ਤਾਂ ਜ਼ਿੰਮੇਵਾਰ ਕੌਣ ਹੈ ਡਾਇਰੈਕਟਰ ਡਾਇਰੈਕਟਰ ਜੇ ਗਲਤੀ ਹੋ ਗਈ ਤਾਂ ਪ੍ਰੋਡਕਸ਼ਨ ਜੇ ਗਲਤੀ ਹੋ ਗਈ ਤਾਂ ਪ੍ਰੋਡਕਸ਼ਨ ਵਾਲਾ ਸੋ ਇਹ ਖਾ ਖਾ ਕੇ ਸੱਟਾਂ ਦੇ ਸਿੱਖਣੇ ਵੀ ਯਾਰ ਚੱਲੀ ਜਾਣਾ ਕੰਮ ਤੇ ਨੰਦ ਚ ਰਹੋ ਬਸ ਜਨਰਲ ਭਾਜੀ ਮਤਲਬ ਕੋਈ ਮਤਲਬ ਭਾਗ ਵਾਲੀ ਰੂਹ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਵੀ ਬਚਪਨ ਤੇ ਬਹੁਤ ਸੂਝਵਾਨ ਹੋਵੇ ਜਾਂ ਕੁਛ ਹੋਵੇ ਹਨਾ ਜਿੱਦਾਂ ਕੁਛ ਕੁ ਐਗਜ਼ਾਮਪਲਾਂ ਹੁੰਦੀਆਂ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਜਿੱਦਾਂ ਜਿੱਦਾਂ ਵੱਡੇ ਹੁੰਦੇ ਹੋਵੋਗੇ ਚੇਂਜਿਸ ਸਮਝੀਆਂ ਹੋਗੀਆਂ ਸੋਚਣ ਦਾ ਨਜ਼ਰੀਆ ਇੱਕ ਕੋਈ ਜਿੱਦਾਂ ਦਲਜੀਤ ਹੋਈ ਕਹਿੰਦਾ ਵੀ ਮੈਂ 2020 ਤੋਂ ਬਾਅਦ ਹੀ ਆਪਣੀ ਜ਼ਿੰਦਗੀ ਨੂੰ ਸਮਝ ਸਕਿਆ ਉਦੋਂ ਜੋ ਪਹਿਲਾਂ ਮੈਂ ਕੁਛ ਕਿਹਾ ਮੇਰਾ ਨਹੀਂ ਹੈਗਾ ਤੁਹਾਨੂੰ ਕੋਈ ਸਟੇਜ ਜ਼ਿੰਦਗੀ ਦੀ ਚਿੱਤੇ ਹੁੰਦੀ ਵੀ ਜਦੋਂ ਵੀ ਮੈਨੂੰ ਤੁਸੀਂ ਆਪਣੇ ਅੰਦਰ ਹੀ ਕੁਛ ਚੇਂਜ ਪਾਇਆ ਵੀ ਹਾਂ ਜਨਰਲ ਵੀ ਹੁਣ ਫਰਕ ਆ ਕੁਛ ਦੇਖੋ ਫਰਕ ਮੈਨੂੰ ਕੁਝ ਲੋਕਾਂ ਨੇ ਨਾ ਸਾਰੀ ਜ਼ਿੰਦਗੀ ਘੇਰੀ ਰੱਖਿਆ ਜੀ ਕੁਝ ਕਰੈਕਟਰ ਮੇਰੀ ਜ਼ਿੰਦਗੀ ਦੇ ਨੇ ਜੇ ਉਹ ਸ਼ਾਇਦ ਨਾ ਹੁੰਦੇ ਤੇ ਸ਼ਾਇਦ ਮੈਂ ਜਰਨੈਲ ਸਿੰਘ ਵੀ ਨਾ ਹੁੰਦਾ ਮੈਨੂੰ ਲੱਗਦਾ ਉਹਨਾਂ ਦਾ ਬੜਾ ਵੱਡਾ ਯੋਗਦਾਨ ਮੈਨੂੰ ਕਿਸੇ ਵੀ ਮੋੜ ਤੇ ਕਿਸੇ ਚੀਜ਼ ਦੀ ਲੋੜ ਪਈ ਨਾ ਤੇ ਉਸ ਪਰਮਾਤਮਾ ਨੇ ਕੋਈ ਨਾ ਕੋਈ ਸ਼ਖਸ ਖੜਾ ਕੀਤਾ ਸੀਗਾ ਵੀ ਜੇ ਤੂੰ ਇੱਧਰ ਆਇਆ ਆਹ ਪ੍ਰੋਬਲਮ ਆਉਣੀ ਤੇ ਇਹ ਬੰਦੇ ਤੋਂ ਮਦਦ ਲੈ ਲਈ ਉਹ ਜਿਹੜੇ ਮੇਰੀ ਜ਼ਿੰਦਗੀ 'ਚ ਹਿੱਸੇਦਾਰ ਸੀ ਨਾ ਬੰਦੇ ਉਹਨਾਂ ਨੇ ਮਤਲਬ ਜਾਂ ਤੇ ਸਿਕਿਓਰ ਕਰ ਕਰਕੇ ਵੀ ਜੇ ਕਿਸੇ ਜਾਂਦਾ ਜਾਂਦਾ ਮੈਂ ਕਿਸੇ ਪਾਸੇ ਨੂੰ ਭਟਕਣ ਲੱਗਾ ਤੇ ਮੈਨੂੰ ਰੋਕਿਆ ਕਿਤੇ ਵੀ ਅੰਦਰ ਹੀ ਰਹਿ ਜਾਂ ਕਿਸੇ ਗੱਲ ਕਰਕੇ ਜਾਂ ਕਿਸੇ ਪ੍ਰੋਬਲਮ ਕਰਕੇ ਕੁਛ ਵੀ ਹੋ ਮੇਰੀ ਜ਼ਿੰਦਗੀ 'ਚ ਕੁਛ ਨਾ ਕੁਛ ਕਿਰਦਾਰ ਮੇਰੀ ਜ਼ਿੰਦਗੀ 'ਚ ਖੜੇ ਹੀ ਸੀਗੇ ਜਿੱਦਾਂ ਮੇਰਾ ਸਭ ਤੋਂ ਪਹਿਲਾਂ ਤਾਂ ਮੇਰਾ ਵੱਡਾ ਬ੍ਰਦਰ ਸਰਦਾਰ ਜਗਪ੍ਰੀਤ ਸਿੰਘ ਲਖਵੀਰ ਭਾਜੀ ਨੇ ਅੱਜ ਕੱਲ੍ਹ ਸਾਊਥ ਅਫਰੀਕਾ ਰਹਿੰਦੇ ਨੇ ਉਹ ਹੋ ਗਏ ਮੇਰੇ ਉਸਤਾਦ ਜੀ ਜਿਹਨਾਂ ਕੋਲ ਮੈਂ ਗੱਤਕਾ ਸਿੱਖਿਆ ਖਾਲਸਾ ਜੀ ਨੀਨਾ ਭਾਜੀ ਹੋ ਗਏ ਸਵਰਨ ਸਿੰਘ ਹੋ ਗਿਆ ਇਹ ਤਾਂ ਬਹੁਤ ਕਿਰਦਾਰ ਮੇਰੇ ਮਦਰ ਸਭ ਤੋਂ ਵੱਡੇ ਜਿਹੜੇ ਕਿ ਮਤਲਬ ਉਹ ਹਰ ਪਾਸੇ ਸਵੇਰ ਚੜ੍ਹਦੀ ਉਹਨਾਂ ਦੇ ਨਾਲ ਸਵੇਰੇ ਚੜ੍ਹਦੀ ਸਭ ਤੋਂ ਪਹਿਲਾਂ ਸ਼ੈਕਲੀ ਬੇਬੇ ਜੀ ਦੇਖਦੀ ਹੈ ਤੇ ਉਹਨੇ ਟੋਕਰਾ ਭਰ ਕੇ ਰੱਖਿਆ ਹੁੰਦਾ ਗਾਲਾਂ ਦਾ ਮੇਰੇ ਜੋਗਾ ਸੋ ਗੱਲ ਇਹ ਵੀ ਜਦੋਂ ਵੀ ਤੁਸੀਂ ਕਿਤੇ ਭਟਕਣ ਲੱਗੇ ਹੋ ਬੰਦਾ ਸੋਚਦਾ ਮੈਂ ਆਹ ਲੈਵਲ ਅਚੀਵ ਕਰ ਲਿਆ ਮੈਂ ਉੱਥੇ ਪਹੁੰਚ ਗਿਆ ਮੈਂ ਫਿਰ ਆਹ ਕੀਤਾ ਮੈਂ ਫਿਰ ਉੱਥੇ ਐ ਹੋਣ ਲੱਗਾ ਸੀ ਤੇ ਮੈਂ ਫਿਰ ਐ ਕੀਤਾ ਉਹਨੂੰ ਪਤਾ ਨਹੀਂ ਮੈਂ ਨਹੀਂ ਕੀਤਾ ਕੰਜਰਾ ਕੋਈ ਸੀਗਾ ਖੜਾ ਉੱਥੇ ਜਿਹਨੇ ਕਰਵਾਇਆ ਜਿਹਨੂੰ ਵੇਖ ਕੇ ਤੂੰ ਕੀਤਾ ਵੀ ਜੇ ਮੈਂ ਐ ਕਰ ਲਿਆ ਤੇ ਇਹਨੇ ਜੁੱਤੀ ਲਾ ਲੈਣੀ ਮੇਰੇ ਤੇ ਇਹ ਗੱਲ ਹੈ ਸੋ ਬੇਸਿਕਲੀ ਗੱਲ ਉਹ ਹੁੰਦੀ ਇਹ ਜਿੱਦਾਂ ਤੁਸੀਂ ਇਹ ਗੱਲ ਕਹਿੰਦਾ ਵੀ ਕੋਈ ਨਾ ਕੋਈ ਬੰਦਾ ਖੜਾ ਸੀ ਮੇਰੇ ਨਾਲ ਬਟ ਮੈਂ ਇਹ ਗੱਲ ਫੀਲ ਕਰਦਾ ਵੀ ਪਰਮਾਤਮਾ ਬੰਦੇ ਤਾਂ ਖੜਾਉਂਦਾ ਕਿ ਜੇ ਤੁਸੀਂ ਕਿਸੇ ਨਾਲ ਬਿਨਾਂ ਮਤਲਬ ਤੋਂ ਕਦੇ ਖੜੇ ਹੁੰਦੇ ਨਹੀਂ ਇਹ ਤਾਂ ਗੱਲ ਹੈ ਇਹ ਤੇ ਸਮੇਂ ਦਾ ਚੱਕਰ ਆ ਵੀ ਹਰ 12 ਘੰਟਿਆਂ ਬਾਅਦ ਸੂਈ ਘੁੰਮ ਗਈ ਉਹਨੇ ਉੱਥੇ ਆਉਣਾ ਹੀ ਨਾ ਵਕਤ ਨਹੀਂ ਤੁਸੀਂ ਸਮਾਜ ਨੂੰ ਜੋ ਦਓਗੇ ਸਮਾਜ ਤੁਹਾਨੂੰ ਉਹ ਹੀ ਮੋੜੂਗਾ ਇਹ ਯਾਦ ਰੱਖਿਓ ਜੇ ਤੁਸੀਂ ਚਾਹੁੰਦੇ ਹੋ ਕਿਸੇ ਦਾ ਬੁਰਾ ਚਾਹੁੰਦੇ ਹੋ ਨਾ ਹਮੇਸ਼ਾ ਹੀ ਤੁਹਾਡੇ ਮਨ 'ਚ ਚੱਲੀ ਜਾਂਦਾ ਵੀ ਯਾਰ ਇਹਦਾ ਬੁਰਾ ਹੋ ਜੇ ਯਾਰ ਇਹਦਾ ਐਂ ਹੋ ਜੇ ਇਹਦਾ ਨੁਕਸਾਨ ਹੋ ਜੇ ਇਹਦਾ ਆਹ ਹੋ ਜੇ ਤੇ ਉਹ ਵਕਤ ਆ ਵਕਤ ਉਹਦੀ ਇੱਕੋ ਹੀ ਅੱਖ ਆ ਉਹਦੀਆਂ ਦੋ ਅੱਖਾਂ ਨਹੀਂ ਬੰਦੇ ਦੀਆਂ ਦੋ ਅੱਖਾਂ ਨੇ ਵਕਤ ਦੀ ਸਿਰਫ ਇੱਕੋ ਹੀ ਅੱਖ ਉਸ ਅੱਖ ਨਾਲ ਵੇਖਦਾ ਵਾ ਵੀ ਅੱਛਾ ਇਹਦੇ ਦਿਲ 'ਚ ਇਹ ਤਮੰਨਾ ਹੈ
ਉਹੀ ਮੋੜਦਾ ਤੁਹਾਨੂੰ ਫਿਰ ਜਿੱਦਾਂ ਨਾ ਹਲ ਸਵਰਗ ਨਰਕ ਦਾ ਜ਼ਿਕਰ ਕੀਤਾ ਜਾਂਦਾ ਵੀ ਹੈ, ਪਰ ਕਈ ਸੂਝਵਾਨ ਬੰਦੇ ਇਹ ਵੀ ਕਹਿ ਦਿੰਦੇ ਆ ਵੀ ਸਵਰਗ ਨਰਕ ਹੈ ਅਸੀਂ ਮੰਨਦੇ ਹਾਂ, ਕਿਸੇ ਨੇ ਦੇਖਿਆ ਨੀ, ਪਰ ਜੋ ਹੈ ਉਹ ਇੱਥੇ ਹੀ ਹੈ, ਇੱਥੇ ਹੀ ਆ। ਦੇਖੋ ਅੱਜ ਮੈਂ ਇੱਕ ਬੇਸਿਕ ਜੀ ਗੱਲ ਕਰਦਾ, ਇੱਕ ਬੰਦਾ ਪੈਦਾ ਹੁੰਦਾ ਬੱਚਾ, ਉਹ 10-12 ਸਾਲ ਦਾ ਹੁੰਦਾ, 15 ਸਾਲ ਦਾ ਹੁੰਦਾ, 20 ਸਾਲ ਤੱਕ ਪਹੁੰਚਦਾ, ਉਹਨੂੰ ਪਤਾ ਲੱਗਦਾ ਤੈਨੂੰ ਕੋਲੈਸਟ੍ਰੋਲ ਹੈ, ਬੱਚੇ ਨੂੰ ਮਤਲਬ ਕੋਲੈਸਟ੍ਰੋਲ ਹੈ। ਕਈ ਇਹੋ ਜਿਹੇ ਮੈਂ ਵੇਖੇ 80-80 ਸਾਲ ਦੇ ਹੋ ਗਏ, ਕੋਲੈਸਟ੍ਰੋਲ ਲਾਗੇ ਛਾਗੇ ਵੀ ਉਹਨਾਂ ਦੇ, ਮੇਰੀ ਗੱਲ ਸਮਝੇ? ਆਹੀ ਸਵਰਗ ਨਰਕ ਹੈ। ਗੱਲ ਕੀ ਹੈ, 1000 ਡਿਸ਼ ਲੱਗੀ ਹੋਈ ਹੈ, ਉਹ 20 ਸਾਲ ਦਾ ਬੱਚਾ ਜਿਹਦੀ ਖਾਣ ਦੀ ਉਮਰ ਹੈ, ਉਹ ਟਿੱਕੀ ਨੂੰ ਹੱਥ ਨਹੀਂ ਲਾ ਸਕਦਾ, ਉਹ ਨੂਡਲਸ ਬਰਗਰ ਹੱਥ ਨਹੀਂ, ਕਿਉਂ? ਸਵਰਗੀ ਹੈ, ਹੋਰ ਕੀ ਆ, ਇਹਦਾ ਮਤਲਬ ਪਰਮਾਤਮਾ ਦੀ ਉੱਥੇ ਮਿਹਰ ਰਹੀ ਹੈ ਬਿਲਕੁਲ, ਤੇ ਕਿਸੇ ਕਿੱਥੇ 18 ਸਾਲ ਦੀ ਉਮਰ ਚ ਕਿਸ ਤੋਂ ਮਿਹਰ ਖਿੱਚ ਲਈ ਨਹੀਂ ਖਿੱਚੀ, ਹੈ ਨਾ? ਬਸ ਆਹ ਫਰਕ। ਜਦੋਂ ਨਾ ਮੋਟੀਵੇਸ਼ਨਲ ਵੀਡੀਓਜ਼ ਤੁਹਾਡੀਆਂ ਅੱਜ ਕੱਲ ਤਾਂ ਬਹੁਤ ਵਾਇਰਲ ਰਹਿੰਦੀਆਂ, ਆਪਾਂ ਨਾ ਲੋਕੀ ਥੱਲੇ ਕਮੈਂਟ ਵੀ ਬਹੁਤ ਪੋਜ਼ਿਟਿਵ ਕਰਦੇ ਆ, ਮਤਲਬ ਜਦੋਂ ਤੁਸੀਂ ਉਹ ਵੀਡੀਓਜ਼ ਬਣਾਉਂਦੇ ਆ ਜਾਂ ਕੁਛ ਹੁੰਦਾ, ਕੋਈ ਵੀ ਲਾਈਨ ਬੋਲਦੇ ਆ, ਮੈਨੂੰ ਲੱਗਦਾ ਵੀ ਪਹਿਲਾਂ ਆਪਣੇ ਅੰਦਰ ਵੀ ਦੇਖਦੇ ਹੋਗੇ ਨਾ ਉਸ ਚੀਜ਼ ਨੂੰ, ਵੀ ਯਾਰ ਮੇਰੇ ਅੰਦਰ ਤਾਂ ਨਹੀਂ ਇਹ ਕਿਤੇ ਚੀਜ਼। ਦੇਖੋ ਇਨਸਾਨ ਗਲਤੀਆਂ ਦਾ ਪੁਤਲਾ ਆ, ਬਿਲਕੁਲ, ਉਹ ਰਹਿਣਾ ਆ। ਜਿਸ ਬੰਦੇ ਦੇ ਵਿੱਚ ਔਗਣ ਨਹੀਂ ਹੈ, ਹੈ ਨਾ, ਔਗਣ ਨਹੀਂ ਹੈ, ਗੁਨਾਹ ਨਹੀਂ ਹੈ, ਕੋਈ ਵਕਾਰ ਨਹੀਂ ਹੈ ਉਹਦੇ ਮਨ ਦੇ ਵਿੱਚ, ਕੋਈ ਮਤਲਬ ਉਹੋ ਜਿਹੀ ਗੱਲ ਨਹੀਂ ਜਿਹੜੀ ਦੁਨੀਆਂ ਤੋਂ ਲੁਕਾਉਂਦਾ ਉਹ, ਫਿਰ ਤੋਂ ਰੱਬ ਬਣ ਗਿਆ, ਫਿਰ ਰੱਬ ਬਣ ਗਿਆ, ਫਿਰ ਇਸ ਧਰਤੀ ਤੇ ਕੀ ਕੰਮ ਆਉਂਦਾ ਜੀ, ਜੇ ਅਸੀਂ ਤੁਰੇ ਫਿਰਦੇ ਧਰਤੀ ਤੇ। ਗੱਲ ਸਿਰਫ ਇੰਨੀ ਕਿ ਜੇ ਤੁਹਾਡੀ 4 ਲਫ਼ਜ਼ ਕਹਿਣ ਦੇ ਨਾਲ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਸੁਧਾਰ ਆਉਂਦਾ, ਕੋਈ ਹੁਣ ਜਿੱਦਾਂ ਫਿਲਮ ਬਣਾਈ ਅਸੀਂ, ਮੇਰੇ ਮੈਂ ਇਹਨਾਂ ਨੂੰ ਇਹੀ ਗੱਲ ਕੀਤੀ, ਮੈਂ ਯਾਰ ਜੇ 100 ਮੁੰਡਾ ਵੀ ਗੱਤਕਾ ਖੇਡਣ ਲੱਗ ਗਿਆ ਨਾ ਫਿਲਮ ਵੇਖ ਕੇ, ਆਪਾਂ ਸਮਝਾਂਗੇ ਫਿਲਮ ਹਿੱਟ ਆ, ਪੈਸੇ ਨੂੰ ਛੱਡੋ ਤੁਸੀਂ। ਸੋ ਉਹੀ ਚੀਜ਼ ਮੈਨੂੰ ਲੱਗਦਾ ਕਿ ਇੰਪਲੀਮੈਂਟ ਉੱਥੇ ਹੁੰਦੀ ਹੈ ਵੀ ਤੁਸੀਂ ਕਰਦੇ ਰਹੇ ਹੋ, ਸਭ ਕੁਛ ਹੋ ਤੇ ਰਿਹਾ ਵਾ, ਸਭ ਕੁਛ ਠੀਕ ਚੱਲਣ ਰਿਹਾ ਵਾ, ਬਟ ਜੋ ਤੁਸੀਂ ਕਹਿ ਰਹੇ ਹੋ ਉਹਦੇ ਚੋਂ ਤੁਸੀਂ 10% ਵੀ ਆਪਣੀ ਜ਼ਿੰਦਗੀ ਤੇ ਇੰਪਲੀਮੈਂਟ ਕਰ ਲਿਆ ਨਾ ਆਪਣੇ ਤੇ, ਆਪਣੇ ਤੇ, ਤੇ ਸਮਝ ਲਓ ਵੀ ਸ਼ੁਕਰ ਹੈ, ਸ਼ੁਕਰ। ਉਹਦੀ ਤੁਹਾਡੀ ਗੱਲ ਸੁਣ ਕੇ ਕਿਸੇ 10-20 ਦੀ ਜੂਨ ਸੁਧਰ ਗਈ ਆ ਨਾ, ਤੇ ਉਸ ਪਰਮਾਤਮਾ ਨੇ ਰਿਜ਼ਲਟ ਦਿੱਤੇ ਵੀ ਦਿੱਤੇ ਹੋਏ। ਹਾਂ ਬਿਲਕੁਲ, ਉਹ ਰਿਜ਼ਲਟ ਦਿੱਤੇ ਆ। ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣਾ, ਮੈਨੂੰ ਇੱਕ ਫੋਨ ਆਇਆ, ਮੇਰਾ ਜਿਹੜਾ ਵਟਸਐਪ ਵਾਲਾ, ਜਿਹੜਾ ਵਟਸਐਪ ਕਹਿਣਾ ਦੂਜਾ ਇੰਸਟਾਗ੍ਰਾਮ ਦਾ ਸਾਰਾ ਨਾ, ਮੁੰਡਾ ਸਾਡੇ ਨਾਲ ਹੁੰਦਾ ਘੜੇਚੇ ਗੁਰਮਾਨਸ, ਉਹ ਸਾਂਭਦਾ, ਉਹਦਾ ਮੈਨੂੰ ਫੋਨ ਆਇਆ, ਕਹਿੰਦਾ ਜੀ ਇੱਕ ਮੁੰਡਾ ਨਾ ਵਾਰ ਵਾਰ ਮੈਸੇਜ ਜੇ ਕਰੀ ਜਾਂਦਾ ਤੇ ਤੁਹਾਡਾ ਨੰਬਰ ਮੰਗਦਾ, ਮੈਂ ਦੇ ਦੇਵਾਂ, ਮੈਂ ਇਹ ਜਿਹਾ ਪਰਸਨਲ ਨੰਬਰ ਨਾ ਦੇਈ ਤੂੰ ਦੂਜਾ ਨੰਬਰ, ਉਹਨੇ ਦੇ ਦਿੱਤਾ। ਉਹਨੇ ਜੀ ਫੋਨ ਜਿਹਾ ਆਇਆ ਮੈਨੂੰ, ਕਹਿੰਦਾ ਜਰਨੈਲ ਸਿੰਘ ਬੋਲਦੇ ਜੀ, ਮੈਂ ਕਿਹਾ ਹਾਂਜੀ, ਤੇ ਅੱਗੋਂ ਬੋਲਿਆ ਜੀ ਮੁੜ ਕੇ, ਉਹ ਥੋੜਾ 5-7 ਸਕਿੰਟ ਰੁਕ ਕੇ ਨਾ ਹੌਕੇ ਜੀ ਦੀ ਆਵਾਜ਼ ਆਈ, ਜਿੱਦਾਂ ਬੰਦਾ ਭਰਿਆ ਹੀ ਹੁੰਦਾ, ਡੁੱਲਣ ਨੂੰ ਤਿਆਰ ਹੀ ਨਹੀਂ ਹੁੰਦਾ, ਉਹ ਡੁੱਲ ਗਿਆ। ਮੈਂ ਕਿਹਾ ਰੋਣਾ, ਫੇਰ ਨਹੀਂ ਬੋਲਿਆ, ਮੈਂ ਚੰਗੀ ਤਰ੍ਹਾਂ ਰੱਜ ਕੇ ਰੋ, ਮੈਂ ਕਿਹਾ ਤੂੰ ਕਿਸਮਤ ਆ ਨਾ ਤੈਨੂੰ ਰੋਣਾ ਰੋਣਾ ਆਉਣ ਲਿਆ। ਬਿਲਕੁਲ ਸਹੀ ਗੱਲ, ਲੋਕਾਂ ਨੂੰ ਮਨ ਹੌਲਾ ਕਰਨ ਨੂੰ ਨਹੀਂ ਮਿਲਦਾ ਕੋਈ, ਰੋਣਾ ਰੋ, ਮੈਂ ਕਿਹਾ ਤੂੰ ਰੱਜ ਕੇ ਰੋ, ਧੁੱਬਾਂ ਮਾਰ ਮਾਰ ਕੇ ਰੋ, ਫੋਨ ਮੇਰੇ ਕੋਲ ਹੀ ਜਦੋਂ ਮਰਜ਼ੀ ਕਰ ਲਈ। ਉਹਦਾ ਅੱਧੇ ਘੰਟੇ ਬਾਅਦ ਜੀ ਫੋਨ ਆਇਆ ਮੈਨੂੰ, ਕਹਿੰਦਾ ਜੀ ਮੇਰਾ ਫਲਾਣਾ ਸਿੰਘ ਨਾਂ, ਤੇ ਮੈਨੀਟੋਬਾ ਰਹਿਣਾ ਜੀ, ਮੈਨੀਟੋਬਾ ਕਿ ਵਿਨੀਪੈਗ ਇੱਧਰ ਹੀ ਸੀ ਕਿਤੇ। ਮੈਂ ਕਿਹਾ ਅੱਛਾ। ਕਹਿੰਦਾ ਜੀ ਆਈ ਨੂੰ 4 ਮਹੀਨੇ ਹੋਏ ਆ ਇੱਥੇ, ਤੇ 2 ਮਹੀਨੇ ਬਾਅਦ ਅਗਲੇ ਸਮੈਸਟਰ ਦੀ ਫੀਸ ਜਮ੍ਹਾਂ ਕਰਾਉਣੀ ਆ। ਮੈਂ ਕਿਹਾ ਅੱਛਾ। ਕਹਿੰਦਾ ਭਾਜੀ ਘਰਦਿਆਂ ਨੂੰ ਐਂ ਲੱਗਦਾ ਵੀ ਮੈਂ ਭੱਜ ਗਿਆ, ਵੀ ਘਰਦਿਆਂ ਨੂੰ ਐਂ ਲੱਗਦਾ ਵੀ ਇੱਥੇ ਨੋਟ ਖਿਲ ਰਹੇ ਸੜਕਾਂ ਦੇ ਉੱਤੇ,
ਤੇ ਇਕੱਠੇ ਕਰਕੇ ਭੇਜਣੀ ਆ ਵੀ ਤੁਹਾਨੂੰ ਤੇ ਪਤਾ ਹੁਣ ਇੱਥੇ ਉਹ ਹਾਲਾਤ ਰਹੇ ਨੀ ਤੁਸੀਂ ਆਉਂਦੇ ਜਾਂਦੇ ਰਹਿੰਦੇ। ਮੈਂ ਕਿਹਾ ਹਾਂ ਕਹਿੰਦਾ ਮੈਂ ਕਹਾਂਗੀ ਹੁਣ ਉਹਨੇ ਨਾ ਪੰਜ ਸੱਤ ਲਫ਼ਜ਼ ਬਾਰ ਬਾਰ ਬੋਲੇ ਮੈਂ ਭੱਜਿਆ ਨੀ ਭਾਜੀ ਘਰਦੇ ਸਮਝ ਕੇ ਮੈਂ ਭਗੌੜਾ ਹੋ ਗਿਆ ਭਾਜੀ ਮੇਰੇ ਹਾਲਾਤ ਏਦਾਂ ਦੇ ਆ ਇੱਥੇ ਆਹ ਹਾਲਾਤ ਹੈ ਉਹਨਾਂ ਉਹ ਮਤਲਬ ਤੁਸੀਂ ਪੁੱਛਿਆ ਕਿ ਮਤਲਬ ਗੱਲ ਕਿੱਥੋਂ ਜੁੜੀ ਜੀ ਜੀ ਬਿਲਕੁਲ ਗੱਲ ਐਂ ਜੁੜਦੀ ਮੈਨੂੰ ਲੱਗਿਆ ਯਾਰ ਇਹ ਬੰਦੇ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਨੀ ਫੋਨ ਕਰ ਲਿਆ ਕਿਤੇ ਚਾਚੇ ਤਾਏ ਕਿਤੇ ਦੋਸਤ ਕੋਈ ਸਹੇਲੀ ਕਿਸੇ ਨੂੰ ਨੀ ਕਰ ਲਿਆ ਫੋਨ ਹਫ਼ਤੇ ਤੋਂ ਮੇਰੇ ਮਗਰ ਲੱਗਾ ਮੈਸੇਜ ਜੇ ਪਾਉਣ ਦਿਆ ਇਟ ਮੀਨਸ ਵੀ ਕਿਤੇ ਨਾ ਕਿਤੇ ਇਹਨੂੰ ਇਹਦੇ ਮਨ ਨੂੰ ਸ਼ਾਂਤੀ ਮਿਲਣ ਲਈ ਮੇਰੇ ਨਾਲ ਗੱਲ ਕਰ ਮੈਂ ਕਰੀ ਗਿਆ ਉਹ 10-15 ਮਿੰਟ ਗੱਲ ਕਰੀ ਗਿਆ ਮੈਂ ਕਿਹਾ ਕੋਈ ਨੀ ਮੈਂ 2-4 ਦਿਨ ਤੱਕ ਨਾ ਫਿਰ ਮੈਂ ਦੱਸੂ ਮੈਂ ਘਰਦਿਆਂ ਨੂੰ ਕੀ ਕਹਿਣਾ ਉਹ ਨਾ ਗੱਲ ਮੇਰੇ ਮਾਇੰਡ ਚ ਸਟ੍ਰਾਈਕ ਕਰੀ ਗਈ ਮੇਰੇ ਹਾਲਾਤ ਮੈਂ ਭੱਜਿਆ ਨੀ ਮੈਂ ਆਹ ਨੀ ਉਹਨੂੰ ਨਾ ਮੈਂ ਜੋੜ ਕੇ ਉਹਦੀਆਂ ਗੱਲਾਂ ਨੂੰ ਜੋੜ ਕੇ ਤੇ ਗੱਲ ਬਣਾਈ ਕਿ ਵੀ ਹਾਲਾਤਾਂ ਦੀ ਸੀ ਮੈਨੂੰ ਭੁੱਲ ਇੱਕ ਮਿੰਟ ਨਹੀਂ ਮੈਂ ਕੋਈ ਨੀ ਦੱਸੀਗਾ ਕਿ ਹਾਲਾਤ ਮੈਨੂੰ ਮਾਇੰਡ ਚ ਨੀ ਪਰ ਮੈਂ ਉਹਨੂੰ ਉਹਦੀ ਗੱਲ ਬਣਾ ਕੇ ਨਾ ਉਹਦੀ ਗੱਲ ਬਣਾ ਕੇ ਵੀ ਮੈਂ ਉਹ ਉਹਨੂੰ ਦੱਸਤੀ ਉਹ ਰੀਲ ਪਾਈ ਮੈਂ ਓਕੇ ਉਹ ਰੀਲ ਪਾਈ ਤੇ ਮੈਂ ਉਹਨੂੰ ਭੇਜੀ ਮੈਂ ਕਿਹਾ ਆਹ ਰੀਲ ਜਿਹੜੀ ਆ ਨਾ ਤੂੰ ਕਰਦਿਆਂ ਤੇ ਤੂੰ ਆਪਣੇ ਘਰਦਿਆਂ ਨੂੰ ਭੇਜੀ ਉਹਨੂੰ ਭੇਜੀ ਘਰਦਿਆਂ ਨੂੰ ਉਹਦਾ ਵੱਡਾ ਭਰਾ ਸਮਝ ਗਿਆ ਵੱਡਾ ਭਰਾ ਸਮਝ ਗਿਆ ਵੀ ਤੂੰ ਇਹ ਕਿਉਂ ਭੇਜੀ ਕਹਿੰਦਾ ਮੈਂ ਸਮਝ ਗਿਆ ਤੇਰੀ ਗੱਲ ਕੋਈ ਤੂੰ ਪਰਵਾਹ ਨਾ ਕਰ ਗੱਲ ਸਿਰਫ ਇੰਨੀ ਕਾ ਵੀ ਜੇ ਕਿਸੇ ਬੰਦੇ ਨੂੰ ਉਮੀਦ ਬੱਝਦੀ ਆ ਵੀ ਯਾਰ ਇੱਕ ਜਰਨੈਲ ਨਾਲ ਗੱਲ ਕਰੀਏ ਇਟ ਮੀਨਸ ਕਿ ਲੋਕ ਕਿਤੇ ਨਾ ਕਿਤੇ ਉਹ ਗੱਲ ਨੂੰ ਸਮਝ ਰਹੇ ਆ ਇਹੀ ਬੜੀ ਵੱਡੀ ਅਚੀਵਮੈਂਟ ਬਿਲਕੁਲ ਵੀ ਕੋਈ ਸਮਝ ਤੇ ਰਿਹਾ ਨਾ ਕੋਈ ਸੁਣ ਰਿਹਾ ਮੇਰੀ ਗੱਲ ਨੂੰ ਨਾ ਕਿਸੇ ਦੀ ਜ਼ਿੰਦਗੀ ਬਦਲ ਰਹੀ ਆ ਜਿੱਦਾਂ ਕਹਿ ਦਿੰਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਕਿਸੇ ਇਨਸਾਨ ਨੂੰ ਪਤਤ ਪੁਣੇ ਤੋਂ ਕੱਢ ਕੇ ਕਿਤੇ ਅੰਮ੍ਰਿਤਧਾਰੀ ਸਿੰਘ ਬਣਾਓ ਤੁਹਾਡੀ ਜ਼ਿੰਦਗੀ ਸਫਲ ਹੋ ਜਾਵੇ ਮੈਨੂੰ ਲੱਗਦਾ ਇਹੋ ਹੀ ਸੇਵਾ ਬਿਲਕੁਲ ਹਨਾ ਵੀ ਇਹੋ ਹੀ ਸੇਵਾ ਅੱਜ ਦੇ ਟਾਈਮ ਚ ਕੋਈ ਕਿਸੇ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦਾ ਮਤਲਬ ਜੇ ਕੋਈ ਤੁਹਾਨੂੰ ਆਪਣੀ ਗੱਲ ਨਹੀਂ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਇਟ ਮੀਨਸ ਤੁਹਾਡੇ ਤੇ ਪਰਮਾਤਮਾ ਦੀ ਥੋੜੀ ਬਹੁਤ ਕਿਰਪਾ ਹੈ ਬਿਲਕੁਲ ਬਿਲਕੁਲ ਕਿਰਪਾ ਪਤਾ ਨਹੀਂ ਹੈ ਕਿ ਨਹੀਂ ਕਿਰਪਾ ਦੀ ਦੇਖੋ ਲਫ਼ਜ਼ ਬਹੁਤ ਵੱਡਾ ਵਾ ਪਰ ਇੰਨਾ ਕੁ ਪਤਾ ਵਾ ਵੀ ਜੇ ਲੋਕਾਂ ਦੀ ਨਿਗਾਹ ਮੇਰੇ ਵਾਲੇ ਪਾਸੇ ਆ ਤੇ ਉਹਦੀ ਨਿਗਾਹ ਮੇਰੇ ਵਾਲੇ ਪਾਸੇ ਉਹ ਮੇਰੇ ਵੱਲ ਵੇਖ ਰਿਹਾ ਵਾ ਮੇਰੀਆਂ ਹਰਕਤਾਂ ਨੂੰ ਵੇਖ ਰਿਹਾ ਵਾ ਚੰਗੀਆਂ ਮਾੜੀਆਂ ਉਣਤਾਈਆਂ ਤੇ ਪਰਦੇ ਪਾਉਣ ਡਿਆ ਵਾ ਤੇ ਦੁਨੀਆਂ ਮੇਰੇ ਵੱਲ ਦੇਖ ਰਹੀ ਜਿੱਦਣ ਉਹਨੇ ਮੂੰਹ ਫੇਰ ਲਿਆ ਨਾ ਉਦਣ ਇਹੋ ਹੀ ਜਰਨੈਲ ਸਿੰਘ ਤੇ ਇੱਥੇ ਰੋਲਦਾ ਫਿਰਨਾ ਕਦੇ ਇਹ ਤਾਂ ਇਹ ਤਾਂ ਗੱਲ ਹੈ ਸਟੂਡੀਓ ਚ ਨਹੀਂ ਵੜਨ ਦੇਣਾ ਵੀ ਬਾਹਰ ਲੈ ਕੇ ਲਾ ਦੇ ਪਰ ਦੇਖੋ ਆਪਾਂ ਇਹ ਕਹਿੰਦੇ ਵੀ ਜਿੱਦਾਂ ਕਹਿੰਦੇ ਨੇ ਵੀ ਆਪਾਂ ਜੋੜਦੇ ਰਹਿੰਦੇ ਲੋਕੀ ਪੈਸੇ ਜੋੜਦੇ ਰਹਿੰਦੇ ਆ ਮੈਨੂੰ ਲੱਗਦਾ ਵੀ ਤੁਸੀਂ ਨਾਮ ਇੱਜ਼ਤ ਹੋਰ ਸ਼ਾਇਦ ਮੇਰੇ ਕੋਲ ਲੱਭਣਾ ਉਹ ਇੰਨੇ ਜੋੜ ਲਿਆ ਕਿ ਵੀ ਜਿੰਨਾ ਚਿਰ ਵੀ ਜਰਨੈਲ ਸਿੰਘ ਏਦਾਂ ਦਾ ਸਾਨੂੰ ਨਹੀਂ ਲੱਗਦਾ ਉਹ ਮੈਨੂੰ ਚੇਤਾ ਆ ਗਿਆ ਉਹ ਮੈਂ ਗੱਲ ਲਿਖੀ ਮੈਂ ਕਿਹਾ ਵੀ ਇੱਕ ਦਿਨ ਮੰਜ਼ਿਲ ਦਾ ਮੱਥਾ ਚੁੰਮ ਕੇ ਮੁੜੂੰਗਾ ਹਨਾ ਮੰਜ਼ਿਲ ਦਾ ਮੱਥਾ ਚੁੰਮ ਕੇ ਮੁੜੂੰਗਾ ਜ਼ਰੂਰ ਹਾਲਾਤਾਂ ਨੂੰ ਕਹਿ ਦਿਓ ਮੈਨੂੰ ਭਗੌੜਾ ਸਾਬਤ ਨਾ ਕਰੇ ਹਾਲਾਤ ਕੌਣ ਸੀ ਉਹਦੇ ਘਰ ਦੇ ਵੀ ਉਹਨਾਂ ਨੂੰ ਕਹਿ ਦਿਓ ਹਾਲਾਤਾਂ ਨੂੰ ਕਹਿ ਦਿਓ ਮੈਨੂੰ ਭਗੌੜਾ ਸਾਬਤ ਨਾ ਕਰਨਾ ਮੈਂ ਮੁੜੂੰਗਾ ਜ਼ਰੂਰ ਪਹੁੰਚ ਜਾਵਾਂ ਮੰਜ਼ਿਲ ਤੇ ਤੋ ਮੈਨੂੰ ਆਉਂਦਾ ਫੋਨ ਗੱਲਬਾਤ ਹੁੰਦੀ ਆ ਤੇ ਮੈਨੂੰ ਉਹ ਗੱਲ ਤੋਂ 15-20 ਦਿਨਾਂ ਬਾਅਦ ਮੈਨੂੰ ਫੋਨ ਆਇਆ ਕਹਿੰਦਾ ਭਾਜੀ ਸਤਿ ਸ੍ਰੀ ਅਕਾਲ ਭਾਜੀ ਜ਼ਿੰਦਗੀ ਬੜੀ ਸ਼ਾਂਤ ਹੋ ਗਈ ਮਨ ਦਾ ਬੋਝ ਹਟ ਗਿਆ ਕਹਿੰਦਾ ਵੱਡੇ ਵੀਰ ਨੇ 2 ਲੱਖ ਰੁਪਇਆ ਭੇਜਿਆ ਪਿੰਡੋਂ ਵੀ ਤੂੰ ਕੋਈ ਨੀ ਸਮੈਸਟਰ ਦੀ ਫੀਸ ਤਾਰ ਕੋਈ ਗੱਲ ਨੀ ਜੀ ਕੋਈ ਗੱਲ ਨੀ ਪਿੱਛੇ ਬਹੁਤ ਖੁਸ਼ ਆ ਸੈੱਟ ਹੋ ਜਾਂਦੀ 2-4 ਸਾਲ ਲਾ ਕੇ ਤੇ ਕਹਿੰਦਾ ਠੀਕ ਹੈ ਕਹਿੰਦਾ ਜੀ ਇੱਥੋਂ ਸਾਡੇ ਮੇਰੇ ਨਾਲ ਕੁੜੀ ਪੜ੍ਹਦੀ ਹੈ ਇੱਕ ਸੀਨੀਅਰ ਆ ਮੇਰੇ ਤੋਂ ਆ ਰਹੀ ਹੈ ਤੇ ਮੈਂ ਤੁਹਾਡੇ ਲਈ ਕਹਿੰਦਾ ਇੱਕ ਚੀਜ਼ ਭੇਜੀ ਹੈ ਜੀ ਮੈਂ ਕਹਿੰਦਾ ਜੀ ਚੀਜ਼ ਚੂਜ਼ ਰਹਿਣ ਦੇ ਕੋਈ ਚੱਕਰ ਨੀ ਤੂੰ ਨੰਦ ਲੈ ਕੋਈ ਗੱਲ ਨੀ
ਹੁਣ ਮੈਨੂੰ ਬੂਟਾਂ ਨਾਲ ਬਹੁਤ ਪਿਆਰ ਹੈ। ਅੱਛਾ, ਉਹਨੇ ਮੈਨੂੰ ਨਾ ਇੱਕ ਖਾਸ ਆਡੀਸ਼ਨ, ਮਤਲਬ ਜਿਹੜੇ ਲਿਮਿਟਡ ਆਡੀਸ਼ਨ ਹੁੰਦੇ ਆ ਨਾ, ਜਿੱਦਾਂ ਇੱਕ ਕੰਪਨੀ ਇੱਕ ਖਾਸ ਤਰ੍ਹਾਂ ਦਾ ਮਾਡਲ 1000 ਕੁ ਬੂਟ ਹੀ ਕੱਢਦੀ ਆ, ਵੀ 10 ਬੂਟ ਇੰਡੀਆ 'ਚ ਦਿੰਦੀ ਆ, 5 ਬੂਟ ਅਮਰੀਕਾ 'ਚ ਜਾਂਦੀ ਆ। ਉਹ ਮੈਨੂੰ ਉਹਨੇ ਲਿਮਿਟਡ ਐਡੀਸ਼ਨ ਭੇਜਿਆ, ਮੈਂ ਉਹਨੂੰ ਕਿਹਾ ਮੈਂ ਕਮਲਿਆ ਪੈਸੇ ਤੇਰੇ ਕੋਲ, ਤੂੰ ਫੀਸ ਭਰੀ, ਤੂੰ ਫੀਸ ਭਰ, ਤੂੰ ਏਡਾ ਮਹਿੰਗਾ ਬੂਟ। ਕਹਿੰਦਾ ਨਹੀਂ, ਮੇਰਾ ਜੀ ਇੰਸਟਾ ਤੇ ਹੁਣ ਆਪਣੇ ਲੋਕਾਂ ਦੇ 10-10, 20-20 ਮਿਲੀਅਨ ਫੋਲੋਅਰ ਦਾ ਨਾ, ਗੱਲ ਕਰ ਲਈ ਉਹਨਾਂ ਕੋਲ ਇੱਕ ਇਨਸਾਨ, ਇੱਕ ਇਨਸਾਨ, ਇਹ ਤਾਂ ਫਰਕ ਪੈ ਗਿਆ ਸੀ। ਉਹ ਗੱਲ ਨੀ ਹੁੰਦੀ, ਕਹਿੰਦਾ ਵੀ ਕੋਈ ਕਈ ਇਨਸਾਨ ਐਸੇ ਬਦਕਿਸਮਤ ਹੁੰਦੇ ਨੇ, ਐਸੇ ਬਦਕਿਸਮਤ ਹੁੰਦੇ ਨੇ ਕਿ ਉਹਨਾਂ ਕੋਲ ਅਰਬਾਂ ਰੁਪਈਆ ਹੁੰਦਾ ਉਹਨਾਂ ਕੋਲ, ਪਰ ਗੱਲ ਕਰਨ ਨੂੰ ਕੋਈ ਨੀ ਹੁੰਦਾ। ਪੈਸਾ ਹੈ, ਪੈਸਾ ਹੈ, ਪਰ ਪੈਸੇ ਦਾ ਕਰਨਾ ਕਰਨਾ ਗੱਲ ਕਰਨ ਨੂੰ ਕੋਈ ਨੀ ਹੈਗਾ। ਇਹ ਜਿੱਦਾਂ ਜੱਟਾ ਡੋਲੀਨਾ ਦੇ ਵਿੱਚ ਵੀ ਨਾ ਫਾਦਰ ਤੇ ਸੰਨ ਦਾ ਬੌਂਡ ਦਿਖਾਇਆ ਵੀ, ਅੱਜ ਉਹ ਕਹਿੰਦਾ ਵੀ ਇਹ ਵੀ ਆਪਣੇ, ਮੈਂ ਤੁਹਾਡੀ ਇੱਜ਼ਤ ਮੈਂ ਗਵਾਈ ਸੀ, ਮੈਂ ਹੀ ਇਹਨੂੰ ਰਿਕਵਰ ਕਰਕੇ ਦਊਂਗਾ। ਮੈਂ ਕਹਿੰਦਾ ਵੀ ਰੀਅਲ ਲਾਈਫ ਦੇ ਵਿੱਚ ਵੀ ਸ਼ਾਇਦ ਮੈਨੂੰ ਕੁੜੀਆਂ ਜਾਂ ਮੁੰਡਿਆਂ ਦਾ ਆਪਾਂ ਨੂੰ ਉਹ ਨੀ ਕਹਿ ਸਕਦੇ, ਮਤਲਬ ਜਿਹੜੇ ਬੱਚੇ ਹੁੰਦੇ ਆ ਸ਼ਾਇਦ ਜਦੋਂ ਉਹਨਾਂ ਦੇ ਬਾਪੂ ਤੇ ਕੋਈ ਗੱਲ ਆਵੇ ਜਾਂ ਘਰਦਿਆਂ ਤੇ ਕੁਛ ਆਵੇ, ਮੈਂ ਕਹਿੰਦਾ ਆਪਣੀ ਐਬਿਲਿਟੀ ਤੋਂ ਬਿਓਂਡ ਕਰੇ ਹੀ ਜਾਂਦੇ, ਕੁਛ ਕਰ ਜਾਂਦੇ ਹਨ। ਉਹ ਬੇਸਿਕਲੀ ਫਰਕ ਨਾ ਬਲੱਡ ਲਾਈਨ ਦਾ ਹੁੰਦਾ, ਖੂਨ ਜਿਹੜਾ ਹੁੰਦਾ ਨਾ, ਜਿੱਦਾਂ ਹੁਣ ਆਪਾਂ ਕਹਿ ਲਈਏ ਬਈ ਆਪਾਂ ਕਿਸੇ ਗੈਰ ਸਿੱਖ ਰਿਲੀਜਨ ਦੇ ਨਾਲ ਰਿਲੇਟਡ ਬੱਚਾ ਜਿਹੜਾ ਨਹੀਂ ਹੈਗਾ ਉਹਨੂੰ ਕਹੀਏ ਨਾ, ਜਾਂ ਗੱਤਕਾ ਖੇਡ ਜਾ ਕੇ ਜਿਹੜਾ ਸਿੱਖ ਲਾ, ਉਹ ਜਾ ਕੇ ਪਤਲੀ ਦੀ ਸੋਟੀ ਚੁੱਕੂਗਾ, ਤੇ ਜਿਹੜਾ ਆਪਣਾ ਹੋਵੇ ਕੋਈ ਜਿਹਦੇ ਨਾਮ ਅਗਰ ਸਿੰਘ ਲੱਗਦਾ ਉਹਨੂੰ ਕਹੋ ਬੇਟਾ ਗੱਤਕਾ, ਉਹ ਜਾਂਦੇ ਤਲਵਾਰ ਦੇ ਮੁੱਠੇ ਨੂੰ ਮੱਤ ਪਾਉਂਦਾ, ਬਿਲਕੁਲ ਪਾਉਂਦਾ, ਬੇਸਿਕਲੀ ਉਹ ਨਹੀਂ ਪਾਉਂਦਾ, ਨਹੀਂ ਪਾਉਂਦਾ, ਜਿਹੜੀ ਉਹਦੇ ਅੰਦਰ ਜੀਨਸ ਆ ਨਾ ਉਹਨੂੰ ਇਨਕਰੇਜ ਕਰਦੇ ਵੀ ਆਹ ਆਪਣੀ ਚੀਜ਼, ਇਹਨੂੰ ਫੜ, ਇਹਨੂੰ ਪਾ, ਫਰਕ ਸਿਰਫ ਇੰਨਾ। ਇਹ ਜਿੱਦਾਂ ਨਾ ਤੁਸੀਂ ਇਹ ਗੱਲ ਬੜੀ ਵਧੀਆ ਕੀਤੀ ਮੈਨੂੰ ਲੱਗਾ, ਅੱਜ ਕੱਲ੍ਹ ਥੋੜਾ ਇਹ ਟ੍ਰੈਂਡ ਵੀ ਚੱਲ ਪਿਆ ਵੀ ਆਪਣੇ ਬੱਚੇ ਆਪਣੇ ਸੱਭਿਆਚਾਰ ਤੋਂ ਟੁੱਟ ਰਹੇ ਆ, ਕਲਚਰ ਤੋਂ ਟੁੱਟ ਰਹੇ ਆ। ਮੈਂ ਕਹਿੰਦਾ ਨਹੀਂ ਕੀਤੇ ਵੀ, ਜਿੱਦਾਂ ਹੁਣ ਸ਼ਹੀਦੀਆਂ ਚੱਲ ਰਹੇ ਸੀਗੇ, ਮਤਲਬ ਲੋਕਾਂ ਨੇ ਲੱਖਾਂ ਹੀ ਮਤਲਬ ਯੂਥ ਨੇ 16-17-18 ਸਾਲਾਂ ਬੱਚੇ ਨੇ ਪੋਸਟਾਂ ਪਾਈਆਂ ਜਾਂ ਵੀਡੀਓ ਵੀ ਪਾ ਰਹੇ ਆ ਵੀ ਹੈ ਕਿਤੇ ਨਾ ਕਿਤੇ, ਵੀ ਮੈਨੂੰ ਲੱਗਦਾ ਵੀ ਗਲਤ ਦੇ ਵੀ ਚੱਲ ਗਈ ਟੁੱਟ ਗਿਆ, ਇਹ ਅੰਦਰੋਂ ਨੀ ਨਾ ਮੁੱਕਿਆ ਕੰਮ, ਤੁਸੀਂ ਸਮਝੇ ਨੀ। ਤੁਸੀਂ ਅੱਜ ਹਰੀ ਪੱਗ ਬੰਨੀ ਹੈ, ਕੱਲ ਲਾਲ ਬੰਨ ਲਓ, ਪਰਸੋਂ ਪੀਲੀ ਬੰਨ ਲਓ, ਅੱਜ ਆਹ ਕਮੀਜ਼ ਪਾਈ ਹੈ, ਪਰਸੋਂ ਟੀ ਸ਼ਰਟ ਪਾ ਲਓ, ਦਾੜੀ ਅੱਜ ਕੱਟੀ ਹੋਈ ਅੱਜ ਕੱਟੀ ਹੈ, ਪਰ ਜੇ ਤੁਹਾਨੂੰ ਅੰਦਰੋਂ ਟੋਲ ਕੇ ਵੇਖਿਆ ਜਾਵੇ ਤੇ ਬੰਦੇ ਨੇ ਇੱਕ ਟ੍ਰੇਡਮਾਰਕ ਸੈੱਟ ਕੀਤਾ ਹੁੰਦਾ ਵੀ ਯਾਰ ਇੰਨੇ ਸਾਲ ਤੋਂ ਬਾਅਦ ਦਾੜੀ ਰੱਖਣੀ ਆ, ਜਦੋਂ ਦਾੜੀ ਇੰਨੀ ਇੰਨੀ ਹੋ ਗਈ ਨਾ ਫਿਰ ਕਿਰਪਾਨ ਪਾ ਲੈਣੀ, ਵੀ ਇਸ ਦੁਨੀਆਂ ਤੋਂ ਨਗੁਰੇ ਨੀ ਜਾਣਾ, ਗੁਰੂ ਦਾ ਨਾਮ ਨਾ ਲੈ ਕੇ ਜਾਣਾ। ਹਾਂ ਠੀਕ ਆ, ਹਜੇ ਇੱਡੀ ਮਤ ਨਹੀਂ ਹੈਗੀ, ਪਰ ਮੈਨੂੰ ਐ ਲੱਗਦਾ ਕਿ ਉਹ ਬੰਦੇ ਗੁਨਾਹਗਾਰ ਨੇ ਇਹਦੇ ਵਿੱਚ ਜਿਹੜੇ ਬਾਰ ਬਾਰ ਪਿੰਚ ਕਰਾਉਂਦੇ ਨੇ ਵੀ ਤੂੰ ਦਾੜੀ ਕੱਟੀ ਆ, ਤੂੰ ਕੱਟੀ ਆ, ਤੂੰ ਕੱਟੀ ਆ, ਉਹ ਤੁਸੀਂ ਉਹਨੂੰ ਕਹੋ ਤੂੰ ਕੱਟੀ ਆ, ਇੱਕ ਵਾਰ ਕਹਿ ਲਓ ਤੂੰ ਕੱਟੀ, ਕਾਕਾ ਤੇਰੇ ਤੇ ਕਰੋਪੀ ਆ ਰੱਬ ਦੀ, ਦਾੜੀ ਕੱਟੀ ਆ, ਕੱਟ, ਕੋਈ ਗੱਲ ਨੀ, ਕੱਟ, ਮਨ ਭਰ ਜੂ ਜਦੋਂ ਫਿਰ ਰੱਖ, ਫਿਰ ਰੱਖ, ਸ਼ਰਾਬ ਪੀਣਾ ਪੀ, ਕੋਈ ਗੱਲ ਨੀ, ਮੀਟ ਖਾਣਾ ਖਾ, ਕੋਈ ਗੱਲ ਨੀ, ਕੋਈ ਚੱਕਰ ਨੀ। ਇੱਕ ਵਾਰ ਆਪਣੇ ਸਿਰਫ ਇੱਕ ਕੰਮ ਕਰ ਲਿਆ ਕਰ ਦਿਨ ਚ, ਇੱਕ ਵਾਰ ਆਪਣੇ ਗੁਰੂ ਦੇ ਦਰ ਤੇ ਜ਼ਰੂਰ ਜਾਇਆ ਕਰ, ਗੁਰਦੁਆਰੇ ਮੱਥਾ ਟੇਕ ਆਇਆ ਕਰ, ਜਾਂ ਮੰਦਰ ਜਿੱਥੇ ਵੀ ਤੂੰ ਜਾਣਾ ਇੱਕ ਵਾਰੀ ਜਾਇਆ, ਅੱਜ ਨੀ ਕੱਲ, ਕੱਲ ਨੀ ਪਰਸੋਂ, ਪਰਸੋਂ ਨੀ ਮਹੀਨੇ ਨੂੰ, ਤੁਹਾਡਾ ਨਿਆਣਾ ਹੀ ਸ਼ਾਇਦ ਤੁਹਾਨੂੰ ਕਵੇ ਬਾਪੂ ਤੂੰ ਇਹਨਾਂ ਵਰਗਾ ਕਿਉਂ ਨੀ ਆ, ਬਿਲਕੁਲ ਸਹੀ, ਵੀ ਤੇਰੀ ਇਹਨੀ ਇਹਨੀ ਕਿਉਂ ਵੱਧਦੀ ਨੀ, ਕਿਉਂ ਬਦਲ ਨਹੀਂ ਦਿੰਦਾ। ਬੰਦੇ ਨੂੰ ਜਦੋਂ ਔਲਾਦ ਟੋਕਦੀ ਆ ਨਾ, ਦੁਨੀਆਂ ਟੋਕ, ਕਹਿੰਦਾ ਵੱਡੇ ਤੋਂ ਵੱਡੇ ਜਿਹੜੇ ਊਤ ਸੀ ਨਾ, ਔਲਾਦ ਨੇ ਬੰਦੇ ਦੇ ਪੁੱਤ ਬਣਾ ਦਿੱਤੇ, ਜਿਹੜਾ ਕਿਸੇ ਤੋਂ ਨੀ ਨਾ ਝੁਕਿਆ ਉਹਨੂੰ ਉਹਦੀ ਔਲਾਦ ਨੇ ਝੁਕਾ ਲਾ,
ਬਹੁਤ ਵੱਡੀਆਂ ਐਗਜ਼ਾਮਪਲਸ ਆ ਆਪਣੇ ਕੋਲ। ਜਹਾਂਗੀਰ ਸੀ, ਹਾਂ ਬਿਲਕੁਲ ਜਹਾਂਗੀਰ ਸੀ, ਤਾਜ ਮਹਿਲ ਬਣਾਇਆ, ਤਖ਼ਤ ਏ ਤਾਊਸ ਬਣਾਇਆ ਉਸ ਬੰਦੇ ਨੇ, ਕਿਹੜੇ ਕਿਹੜੇ ਉਹਦੇ ਮਹਿਲ ਸਾਰੇ। ਅਖੀਰ ਆਖਰੀ ਦਿਨ ਉਹ ਕਹਿੰਦਾ ਵੀ ਆਗਰੇ ਦੇ ਕਿਲੇ ਦੇ ਵਿੱਚ ਔਰੰਗਜ਼ੇਬ ਦੇ ਹੱਥੋਂ ਕੈਦ ਹੋ ਕੇ ਦੁਖੀ ਹੋ ਕੇ ਮਰਿਆ। ਜਿਹਨੂੰ ਕੋਈ ਨੀ ਚੁਕਾ ਸਕਦਾ ਨਾ, ਉਹਨੂੰ ਔਲਾਦ ਚੁਕਾ ਦਿੰਦੀ ਹੈ। ਸੋ ਜੇ ਤੁਹਾਡੀ ਔਲਾਦ ਤੁਹਾਡੇ ਮੂੰਹ ਤੇ ਚਪੇੜ ਮਾਰਨ ਲੱਗ ਗਈ ਨਾ, ਤੇ ਯਾਰ ਬਾਪੂ ਤੈਨੂੰ ਸ਼ਰਮ ਨੀ ਆਉਂਦੀ? ਜਦੋਂ ਔਲਾਦ ਕਹਿਣ ਲੱਗ ਗਈ ਮੈਂ ਅੱਜ ਨੀ ਜਾਣਾ ਗੁਰਦੁਆਰੇ, ਮੇਰੇ ਉਦਾਂ ਦਾ ਪਟਕਾ ਬੰਨ, ਆਪ ਨੂੰ ਬੰਨਣਾ ਨੀ ਆਉਂਦਾ, ਆਪ ਨੂੰ ਨੀ ਬੰਨਣਾ ਆਉਂਦਾ, ਪਰ ਬੱਚਾ ਕਹਿ ਰਿਹਾ ਮੇਰੇ ਸਿਰ ਤੇ ਦਮਾਲਾ ਲਾ ਕੇ ਇੱਥੇ ਲਾ ਖੰਡਾ ਖੰਡਾ। ਬੰਦਾ ਜਾ ਕੇ ਤਰਲੇ ਕੱਢਦਾ, ਯਾਰ ਮੈਨੂੰ ਬੰਨਣਾ ਸਿਖਾਓ, ਮੈਂ ਆਪਣੇ ਮੁੰਡੇ ਦੇ ਬੰਨਣਾ। ਅਗਲਾ ਕਹਿੰਦਾ ਪਹਿਲਾਂ ਤੂੰ ਤੇ ਸਿੱਖ ਲਾ ਬੰਨਣਾ। ਆਪ ਸਿੱਖਿਆ ਇੱਕ ਗੁਣ ਆਇਆ, ਭਾਵੇਂ ਬੱਚੇ ਦੇ ਜ਼ਰੀਏ ਸਿੱਧਾ ਹੋਇਆ ਜੀ, ਮੇਰੇ ਮਤਲਬ ਇਹ ਵੀ ਨਿਗਲੈਕਟ ਨਾ ਕਰੋ, ਕਿਸੇ ਨੇ ਦਾੜੀ ਕੱਟ ਲਈ ਯਾਰ ਗੁਨਾਹ ਥੋੜੀ ਹੋ ਗਿਆ, ਬਿਲਕੁਲ ਭਟਕਿਆ ਆ, ਭਟਕਿਆ ਆ, ਮੁਨਕਰ ਥੋੜੀ ਹੋਇਆ ਤੁਹਾਡੇ ਤੋਂ, ਉਹਨੂੰ ਉਹਨੂੰ ਲੀਹ ਲੈ ਕੇ ਆਓ। ਪਿਆਰ ਨਾ ਪੁਚਕਾ, ਪਿਆਰ ਹਰ ਚੀਜ਼ ਦਾ ਹੱਲ ਹੈ। ਧਰਮ ਤਾਂ ਮੈਨੂੰ ਵੀ ਲੱਗਦਾ ਵੀ ਜੋੜਨ ਲਈ ਆ, ਪਿਆਰ ਪਾਉਣ ਦੇ ਲਈ ਆ, ਬਸ ਉਹਦੇ ਲਈ ਬਸ 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 ਬਸ। ਹੁਣ ਜੇ ਆਪਾਂ ਕਹੀਏ ਵੀ ਬਾਬੇ ਨਾਨਕ ਦੇ ਨਾਲ, ਬਾਬੇ ਨਾਨਕ ਦਾ ਸਭ ਤੋਂ ਜਿਹੜਾ ਕਰੀਬੀ ਦੋਸਤ ਸੀਗਾ ਉਹ ਇੱਕ ਮੁਸਲਮਾਨ ਸੀ, ਤੇ ਮੈਨੂੰ ਲੱਗਦਾ ਲਾਸਟ ਤੱਕ ਉਹਨਾਂ ਨੇ ਕਿਹਾ ਨੀ ਵੀ ਤੂੰ ਇੱਥੇ ਉਹ ਮੁਸਲਮਾਨ ਹੀ ਰਹਿ ਮਿਲਦਾ। ਮੈਂ ਕਿਹਾ ਬਾਬੇ ਨਾਨਕ ਦਾ ਫਲਸਫਾ ਹੀ ਨਹੀਂ ਸੀ ਨਾ ਉਹ, ਬਾਬੇ ਨਾਨਕ ਦਾ ਫਲਸਫਾ ਹੀ ਹੋਰ ਸੀ, ਉਹਦੇ ਸਮੁੱਚੀ ਮਾਨਵਤਾ ਨੂੰ ਇੱਕ ਕਰਨ ਆਇਆ ਸੀ ਵੀ ਬਸ ਉਹਦਾ ਨਾਂ ਲਓ, ਜਿਹੜੇ ਜਿਹੜੇ ਰੂਪ ਚ ਮਰਜ਼ੀ ਲਓ, ਤੂੰ ਰਾਮ ਕਹਿਣਾ ਕਹਿ ਲੈ, ਤੂੰ ਅੱਲਾ ਕਹਿਣਾ ਕਹਿ ਲੈ, ਤੂੰ ਬੁੱਧਾ ਕਹਿਣਾ ਕਹਿ ਲੈ, ਕੋਈ ਗੱਲ ਨੀ, ਕਹਿ ਤੇ ਸਹੀ ਘੱਟੋ ਘੱਟ, ਮੰਨ ਤੇ ਸਹੀ, ਮੈਂ ਨੀ ਕਹਿੰਦਾ ਵਾਹਿਗੁਰੂ ਕਹਿ। ਬਾਬੇ ਨਾਨਕ ਦਾ ਫਲਸਫਾ ਉਹ ਸੀਗਾ, ਬਾਬੇ ਨਾਨਕ ਤੋਂ ਵੱਡਾ ਰੈਵੋਲੂਸ਼ਨਰੀ ਬੰਦਾ ਮਿਲਣਾ ਤਾਂ ਦੁਨੀਆਂ ਚ ਪੈਦਾ ਹੀ ਨੀ ਹੋਇਆ। ਨਹੀਂ ਹਨਾ, ਇਹ ਤਾਂ ਗੱਲ ਹੈਗੀ ਹੈ। ਇਹ ਜਦੋਂ ਜਰਨੈਲ ਭਾਜੀ ਇਹ ਫਿਲਮਾਂ ਕਰਦੇ ਆ, ਮਤਲਬ ਇੱਕ ਇਹ ਚੀਜ਼ ਹੋ ਜਾਂਦੀ ਹੈ ਨਾ ਆਪਾਂ ਜਦੋਂ ਅਸੀਂ ਵੀ ਕਮਾਉਣ ਲੱਗਦੇ ਹਾਂ ਹੌਲੀ ਹੌਲੀ, ਹਨਾ ਪੈਸਾ 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 ਪੈਸਾ, ਵੀ ਜ਼ਿੰਦਗੀ ਦੇ ਵਿੱਚ ਕੁਝ ਕੁ ਕੰਮ ਬਿਨਾਂ ਪੈਸੇ ਲਈ ਵੀ ਕਰ ਲੈਣੇ ਚਾਹੀਦੇ ਆ। ਗੱਲ ਤੁਹਾਡੀ ਰੂਹ ਦੀ ਆ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਜਿੱਥੇ ਤੁਹਾਨੂੰ ਸ਼ਾਂਤੀ ਮਿਲਦੀ ਆ, ਹੁਣ ਤੁਹਾਡੀ ਜੇਬ ਦੇ ਵਿੱਚ 10,000 ਰੁਪਈਆ ਅੱਜ ਤੁਹਾਡੀ ਜੇਬ 'ਚ, ਇਹ ਇਹ ਫਿਤਰਤ ਆ ਪੰਜਾਬੀ ਲੋਕਾਂ ਜੀ, 10,000 ਰੁਪਈਆ ਆ, ਕਿਸੇ ਨੂੰ ਚੌਥੇ ਮਹੱਲੇ ਲੋੜ ਹੋਵੇ ਨਾ ਜੀ, ਉਹ ਕਹੂਗਾ ਯਾਰ 10,000 ਚੋਂ ਮੈਂ ਚੱਲ 1,000 ਤੇ ਦੇ ਹੀ ਸਕਦਾ, ਮੈਂ ਕਿਹੜਾ ਮਰ ਚੱਲਿਆ। ਇਹ ਜਜ਼ਬਾ ਆ ਜੀ, ਇਹ ਜਿਹੜੀ ਉਹਨੇ ਲੀਹ ਤੋੜੀ ਆ ਨਾ ਬਾਬੇ ਨਾਨਕ ਨੇ, ਇਹ ਉਹ ਲੀਹ ਦਾ ਹਿੱਸਾ ਆ। ਬੰਦਾ ਕਹਿੰਦਾ ਮੈਂ ਦੇ ਆਇਆ 1,000 ਰੁਪਈਆ, ਤੂੰ ਨੀ ਦੇ ਆਇਆ, ਤੂੰ ਨੀ ਦੇ ਆਇਆ, ਉਹਦਾ ਲਿਖਿਆ ਸੀ ਨਾ, ਇਹ ਜਿਹੜੇ ਨੋਟ ਚੁੱਕੀ ਬੈਠਾ, ਨੋਟਾਂ ਦੇ ਕੁਛ ਨੋਟ ਉਹਦੇ ਸੀਗੇ, ਤੂੰ ਫੜਾ ਆਇਆ, ਉਹਦਾ ਹਿੱਸਾ ਫੜਾ ਆਇਆ। ਇਹ ਬੰਦਾ ਜਦੋਂ ਇਹ ਸੋਚਣ ਲੱਗ ਜਾਵੇ ਨਾ ਯਾਰ, ਇਹ ਆਹ ਦਸਵੰਤ ਆ ਪਿਆ ਵਾ ਉਹਦੇ ਨਾਂ ਦਾ ਪਿਆ, ਜਿਹਨੂੰ ਜਿਹਨੂੰ ਲੋੜ ਹੋਈ ਲੈ ਲੂਗਾ। ਸੋ ਇਹ ਸਾਡੇ ਜੀਨਸ ਵਿੱਚ ਆ ਚੀਜ਼, ਬੰਦੇ ਨੂੰ ਇਹ ਜ਼ਿੰਦਗੀ ਜੀਣੀ ਚਾਹੀਦੀ ਆ, ਇਹ ਵਾਲੀ ਜ਼ਿੰਦਗੀ ਲਾਈਫ ਜਿਹੜੀ ਆ ਨਾ, ਜਿਹੜਾ ਜੀਣੀ ਸ਼ੁਰੂ ਕਰ ਦਿੰਦਾ ਉਹਦੀ ਜ਼ਿੰਦਗੀ ਸਕੂਨ ਦੀ ਹੋ ਜਾਂਦੀ ਆ। ਉਹ ਫਿਰ ਰੱਬ ਨੂੰ ਵੀ ਕਹਿੰਦਾ ਵੀ ਬਾਈ ਤੇਰਾ ਹਿੱਸਾ ਦੇ ਦਿੱਤਾ, ਬਿਲਕੁਲ ਅੱਗੇ ਧਿਆਨ ਰੱਖੀ ਹੁਣ ਮਾੜਾ ਜਿਹਾ। ਹਾਂ ਤੇਰਾ ਹਿੱਸਾ ਦੇ ਦਿੱਤਾ, ਜਦੋਂ ਤੁਸੀਂ ਰੱਬ ਨੂੰ ਦੋਸਤ ਬਣਾ ਲੈਂਦੇ ਹੋ, ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀ ਮਿੰਟੂ, ਗੱਤਕਾ ਖੇਡਦਾ ਸੀ, ਮੈਂ 7 ਫੇਜ਼ ਰਹਿੰਦਾ ਸੀ, ਉਹ 3 ਫੇਜ਼ ਰਹਿੰਦਾ ਸੀ, 40 ਸੈਕਟਰ ਸੀ ਗੱਤਕਾ ਖੇਡਣ ਜਾਂਦੇ ਸਿੱਖਣ ਵਾਸਤੇ, ਠੀਕ ਹੈ ਹਨਾ, ਇੱਥੋਂ 11-12 ਕਿਲੋਮੀਟਰ ਰੋਜ਼ ਜਾਣਾ ਸਾਈਕਲ ਤੇ, ਰੋਜ਼ ਆਉਣਾ ਇੱਥੋਂ, ਮੈਂ ਨਿਕਲਣਾ 3 ਫੇਜ਼ ਤੋਂ, ਉਹਨੂੰ ਕਹਿਣਾ ਵੀ ਚੱਲ, ਉਹਨੇ ਵੀ ਸਾਈਕਲ, ਉਹਨੇ ਸਾਈਕਲ ਗੇਟ ਤੋਂ ਬਾਹਰ ਕੱਢਣਾ ਤੇ ਉਹਨੇ ਨਾ ਕਿਸੇ ਇੱਕ ਪਾਸੇ ਨੂੰ ਖਾਸ ਏਰੀਆ ਰੱਖਣਾ, ਆ ਬਹਿ, ਆ ਬਹਿ, ਚੱਲ ਤੂੰ ਵੀ ਬਹਿ ਡੰਡੇ ਤੇ, ਮੈਂ ਕਹਿੰਦਾ ਤੇਰਾ ਦਿਮਾਗ ਖਰਾਬ ਹੋਵੇ, ਤੂੰ ਇਹ ਕੀ ਕਹੀ ਜਾਂਦਾ ਉਹਨਾਂ ਦੇ, ਕਹਿੰਦਾ ਹੈ ਕੋਈ ਗੱਲਬਾਤ, 2 ਸਾਲ 4 ਸਾਲ 6 ਸਾਲ ਇਹੀ ਲੰਘ ਗਏ, ਸਾਨੂੰ ਆਦਤ ਜੀ ਪੈ ਗਈ ਉਹਦੀ ਉਹਦੀ, ਹਾਂ ਉਹਨੇ ਕਿਤੇ ਵੀ ਜਾਣਾ, ਬਹਿ ਇੱਥੇ ਤੈਨੂੰ ਖਵਾਵਾਂ, ਸਾਨੂੰ ਲੱਗਾ ਵੀ ਇਹਦਾ ਸੁਭਾਅ ਆਇਆ। ਇਹ ਉਹਨੇ ਸਕੂਟਰ ਲਿਆ, ਸਕੂਟਰ ਮਿਲਿਆ ਉਹਨੂੰ, ਤੇ ਬਹੁਤ ਪੁਰਾਣੀ ਗੱਲ ਹੈ, 2003 ਕਿ 4-5 ਦੀ ਗੱਲ ਹੈ, ਸਕੂਟਰ ਮਿਲਿਆ ਤੇ
ਉਹਦੇ ਵੱਲ ਵੇਖ ਕੇ ਐ ਵੇਖ ਕੇ ਗੱਲ ਕਹਿੰਦਾ ਮੰਨ ਗਿਆ ਤੈਨੂੰ ਬਾਈ ਡੰਡੇ ਤੇ ਤੂੰ ਬਹਿਣਾ ਨੀ ਸੀ ਸਕੂਟਰ ਲੈ ਦਿੱਤਾ ਕਹਿੰਦਾ ਚੱਲ ਮਗਰਲੀ ਸੀਟ ਤੇ ਬਹਿ ਮੈਂ ਕਿਹਨੂੰ ਕਹਿਣਾ ਕਹਿੰਦਾ ਰੱਬ ਨੂੰ ਇਹ ਬਲੀਵ ਸੀ ਨਾ ਉਹਦਾ ਸੋਚ ਸੀ ਮੈਂ ਕਿਹਾ ਤੇਰਾ ਦਿਮਾਗ ਖਰਾਬ ਹੈ ਕਹਿੰਦਾ ਦਿਮਾਗ ਨੀ ਖਰਾਬ ਮੈਂ ਚਾਹੁੰਦਾ ਇਹਨੂੰ ਸ਼ਰਮ ਤੇ ਆਵੇ ਮਾੜੀ ਮੋਟੀ ਵੀ ਡੰਡੇ ਤੇ ਵੀ ਸਾਈਕਲ ਤੇ ਡੰਡੇ ਤੇ ਬਿਠਾਉਣ ਨੂੰ ਮੈਨੂੰ ਫਿਰਦਾ ਇਹਨੂੰ ਸਕੂਟਰ ਹੀ ਲੈ ਦੇਵਾਂ ਇਹ ਇਹ ਬਲੀਵ ਵਿਸ਼ਵਾਸ ਆ ਬੰਦੇ ਵਿਸ਼ਵਾਸ ਸੀਗਾ ਉਹੀ ਗੱਲ ਕਹਿੰਦੇ ਰੱਬ ਨਾਲ ਆਪਾਂ ਦੋਸਤੀ ਹੀ ਨੀ ਕਰਦੇ ਇੱਕ ਨਾ ਕਥਾ ਚੱਲ ਰਹੀ ਸੀਗੀ ਮੈਂ ਨਾ ਭੁੱਲ ਗਿਆ ਸੋਰੀ ਉਹਨਾਂ ਦਾ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਉਹ ਕਹਿੰਦੇ ਵੀ ਆਪਾਂ ਕਹਿੰਦੇ ਰੱਬ ਨੂੰ ਵੀ ਤੂੰ ਮੈਨੂੰ ਘਰ ਦੇ ਦੇ ਆਹ ਦੇ ਦੇ ਆਹ ਦੇ ਦੇ ਵੀ ਤੁਸੀਂ ਕਦੇ ਰੱਬ ਤੋਂ ਰੱਬ ਨੂੰ ਹੀ ਮੰਗ ਕੇ ਤਾਂ ਦੇਖੋ ਹਾਂ ਉਹ ਗੱਲ ਨੀ ਮੈਨੂੰ ਬੜੀ ਪੁਰਾਣੀ ਕਹਾਵਤ ਹੈ ਕਹਿੰਦਾ ਦਾਤੇ ਨੂੰ ਤੇ ਚਾਰ ਰਹਿੰਦਾ ਦਾਤਾਂ ਵਰਤਾਉਣ ਹਾਂ ਬਿਲਕੁਲ ਵੀ ਦਾਤੇ ਨੂੰ ਤੇ ਚਾਰ ਰਹਿੰਦਾ ਦਾਤਾਂ ਵਰਤਾਉਣ ਦਾ ਸਾਨੂੰ ਨੀ ਤਰੀਕਾ ਆਉਂਦਾ ਝੋਲੀਆਂ ਬੁਲਾਉਣ ਬਿਲਕੁਲ ਤੇ ਮੰਗਣਾ ਕਿੱਦਾਂ ਸਾਨੂੰ ਮੰਗਣਾ ਹੀ ਨਹੀਂ ਮੰਗਣਾ ਹੈ ਵੀ ਮੰਗਦੇ ਹੀ ਬਣ ਜਾਓ ਹੋਰ ਦੀ ਕੁਛ ਤੇ ਹਨਾ ਤੇ ਜੱਟਾ ਡੋਲੀਨਾ ਦੇ ਵਿੱਚ ਜਿੱਦਾਂ ਸੀ ਨਾ ਇਹ ਗੱਤਕੇ ਤੇ ਫਿਲਮ ਆ ਤੁਸੀਂ ਕਹਿੰਦੇ ਹੋ ਵੀ ਗੱਤਕਾ ਖੇਡਦੇ ਰਹੇ ਮੈਨੂੰ ਲੱਗਦਾ ਵੀ ਉਹ ਬੰਦੇ ਦਾ ਚੇਤਾ ਵੀ ਆ ਜਾਂਦਾ ਨਾ ਆਪਣਾ ਵਕਤ ਯਾਰ ਅਸੀਂ ਕਿਹੜੇ ਰਿਲੇਟ ਕਰਦਾ ਨਾ ਚੀਜ਼ਾਂ ਨਾਲ ਦੇਖੋ ਮੈਨੂੰ ਮੇਰਾ ਇਸ ਫਿਲਮ ਨਾਲ ਜੁੜਨ ਦਾ ਮੇਨ ਕਾਰਨ ਹੀ ਇਹ ਸੀਗਾ ਬਈ ਫਿਲਮ ਗੱਤਕੇ ਤੇ ਬਣ ਰਹੀ ਚਲੋ ਇੱਕ ਰਵਾਇਤੀ ਖੇਡ ਜਿਹੜੀ ਸਾਡੀ ਹੈਗੀ ਆ ਉਹਨੂੰ ਕਿਸੇ ਲੈਵਲ ਤੇ ਪ੍ਰਮੋਟ ਕਰ ਰਹੇ ਨੇ ਚਲੋ ਕੋਈ ਤੇ ਉੱਠਿਆ ਖੇਡ ਤੇ ਪੈਸਾ ਲਾਉਣ ਵਾਸਤੇ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਪਰ ਉਹ ਇਸ ਪਾਸੇ ਆਉਂਦੇ ਹੀ ਨਹੀਂ ਹਨਾ ਸੋ ਮੇਰਾ ਇਸ ਫਿਲਮ ਨਾਲ ਜੁੜਨ ਦਾ ਮੇਨ ਕਾਰਨ ਇਹ ਸੀਗਾ ਕਿ ਯਾਰ ਵੀ ਚਲੋ ਮੈਂ ਇਨੀਸ਼ੀਏਟਿਵ ਨਾਲ ਹੋ ਕੇ ਤੇ ਕੋਈ ਉਹ ਵੇਖਾਂ ਕਿ ਕੋਈ ਕਿਰਾਇਤ ਨਾ ਹੋ ਜੇ ਬਸ ਫਿਲਮ ਦੇ ਵਿੱਚ ਕੱਲ ਨੂੰ ਅਗਲੇ ਦਾ ਪੈਸਾ ਖਰਾਬ ਹੋਵੇ ਜੇ ਕਿਸੇ ਬੰਦੇ ਨੇ ਇੰਨੀ ਸੋਚ ਰੱਖੀ ਆ ਕਿ ਮੈਂ ਗੱਤਕੇ ਤੇ ਫਿਲਮ ਬਣਾਉਣੀ ਸੋ ਮੈਂ ਇਸ ਕਰਕੇ ਨਾਲ ਜੁੜਿਆ ਸੀ ਹਾਲਾਂਕਿ ਇੱਕ ਦੋ ਪ੍ਰੋਜੈਕਟ ਮੈਨੂੰ ਛੱਡਣੇ ਪਏ ਵੱਡੇ ਪ੍ਰੋਜੈਕਟ ਸੀ ਪਰ ਮੈਨੂੰ ਸੀਗਾ ਵੀ ਚਲੋ ਵੱਡਾ ਛੋਟਾ ਕੁਛ ਨਹੀਂ ਹੁੰਦਾ ਰੂਹ ਦੀ ਚੀਜ਼ ਆ ਵੀ ਜੁੜੀਏ ਕਿਸੇ ਤਰੀਕੇ ਨਾਲ ਹਾਂਜੀ ਤੇ ਜਾਂਦੇ ਜਾਂਦੇ ਇੱਕ ਮਜ਼ਾਕੀਆ ਗੱਲ ਵੀ ਪੈਸੇ ਬਹੁਤ ਰਹਿੰਦੇ ਆ ਤੁਹਾਡੇ ਇੰਡਸਟਰੀ ਤੋਂ ਲੈਣ ਵਾਲੇ ਥੋੜੇ ਬਹੁਤੇ ਹੋਏ ਇਕੱਠੇ ਰੋਜ਼ ਬੈਠੀਦਾ ਆ ਕਿਸੇ ਨਾ ਕਿਤੇ ਸੋਚ ਕੇ ਇਹ ਜਾਈਦਾ ਆ ਵੀ ਅੱਜ ਇਹਨੂੰ ਕਹੂੰਗਾ ਯਾਰ ਵੀ ਇੰਨੇ ਕੁ ਪੈਸੇ ਰਹਿੰਦੇ ਆ ਤੇਰੇ ਹੱਲ ਦੇ ਅਗਲਾ ਜਾਂਦਿਆਂ ਨੂੰ ਇੱਜ਼ਤ ਹੀ ਇੰਨੀ ਦੇ ਦਿੰਦਾ ਹਨਾ ਆਪਣੀ ਕੁਰਸੀ ਛੱਡ ਕੇ ਕਹਿੰਦਾ ਭਾਜੀ ਇੱਥੇ ਬੈਠੋ ਇੱਥੇ ਬੈਠੋ ਬੰਦਾ ਸੋਚਦਾ ਯਾਰ ਵੀ ਇਹਨੂੰ ਕੋਈ ਮੰਗਾਂ ਕਿ ਨਾ ਮੰਗਾਂ ਸੋ ਕਿਤੇ ਨਾ ਕਿਤੇ ਗਲਤੀ ਸਾਡੀ ਵੀ ਜੇ ਤੁਸੀਂ ਮੰਗਦੇ ਨਹੀਂ ਹੋ ਤਾਂ ਮੈਨੂੰ ਲੱਗਦਾ ਕਿ ਯਾਰ ਵੀ ਇਹਨਾਂ ਦੇ ਨਾਲ ਸਾਰੀ ਜ਼ਿੰਦਗੀ ਕੱਟੀ ਵੀ ਅੱਜ ਵੀ ਮੰਗਣ ਦੀ ਲੋੜ ਹੈ ਨਾ ਕੋਈ ਮੈਂ ਉਸ ਕਰਕੇ ਚੁੱਪ ਕਰ ਜਾਂਦਾ ਪਰ ਚਲੋ ਕੋਈ ਨੀ ਐਫਡੀ ਹੋਈ ਸਮਝ ਲਓ ਆ ਜਾਣਗੇ ਜੇ ਹੋਏ ਹੱਕ ਦੇ ਤੇ ਆ ਜਾਣਗੇ ਨਹੀਂ ਤੇ ਨਾ ਸੀ ਤੇ ਜਾਂਦੇ ਜਾਂਦੇ ਜਰਨੈਲ ਭਾਜੀ ਕੋਈ ਮੋਰਲ ਆਫ ਦਾ ਸਟੋਰੀ ਫਿਰ ਜੇ ਆਪਾਂ ਕੁਛ ਸਿੱਖੇ ਜਾਈ ਮੈਂ ਤੇ ਸਾਰੀਆਂ ਗੱਲਾਂ ਮਤਲਬ ਸਾਡੇ ਕੋਲ ਜਦੋਂ ਬੈਠਦੇ ਸਾਨੂੰ ਇਹੀ ਹੁੰਦਾ ਵੀ ਕੁਛ ਨਾ ਕੁਛ ਚੀਜ਼ਾਂ ਜੇ 10 ਸੁਣੀਆਂ ਤਾਂ ਇੱਕ ਤਾਂ ਨਾਲ ਲੈ ਜੀ ਹਾਂਜੀ ਨਹੀਂ ਨਹੀਂ ਦੇਖੋ ਹਰੇ ਸਫ਼ਰ ਜ਼ਾਰੀ ਆ ਮੈਂ ਤੇ ਉਹੀ ਕਹੂੰਗਾ ਵੀ ਹਜੇ ਮੈਂ ਖੁਦ ਰਾਹ ਚ ਹਾਂ ਮੈਂ ਕਿਸੇ ਨੂੰ ਕੀ ਸੇਧ ਦੇਣੀ ਹਜੇ ਮੇਰੀ ਆਪਣੀ ਮੰਜ਼ਿਲ ਨਹੀਂ ਮਿਲੀ ਪਰ ਮੈਂ ਇੱਕ ਬਹੁਤ ਪਿਆਰੀ ਗੱਲ ਲਿਖੀ ਸੀ ਉਹ ਮੈਂ ਤੁਹਾਨੂੰ ਦੱਸਣੀ ਚਾਹੂੰਗਾ ਉਹ ਹਰ ਇੱਕ ਦੀ ਜ਼ਿੰਦਗੀ ਦੇ ਨਾਲ ਰਿਲੇਟ ਵੀ ਹੁੰਦੀ ਹੈ ਕਿ ਮੰਜ਼ਿਲ ਤੇ ਪਹੁੰਚਣ ਤੇ ਸੁਣਾਵਾਂਗੇ ਦਾਸਤਾਨ ਇਹ ਸਫ਼ਰ ਜਿਹੜੇ ਸਫ਼ਰ ਦੇ ਵਿੱਚ 25-26 ਸਾਲ ਤੋਂ ਚੱਲ ਰਹੇ ਹਾਂ ਵੀ ਮੰਜ਼ਿਲ ਤੇ ਪਹੁੰਚਣ ਤੇ ਸੁਣਾਵਾਂਗੇ ਦਾਸਤਾਨ ਇਹ ਸਫ਼ਰ ਦੀ ਕਿ ਕੀ ਕੁਛ ਪਿੱਛੇ ਛੁੱਟ ਗਿਆ ਇੱਥੇ ਪਹੁੰਚਦੇ ਪਹੁੰਚਦੇ ਸਹੀ ਕੁਛ ਗਵਾਉਣਾ ਪੈਂਦਾ ਕੁਛ ਪਾਉਣ ਵਾਸਤੇ ਪਰ ਬੜਾ ਕੁਛ ਗਵਾਇਆ ਮੈਂ ਬਹੁਤ ਕੁਛ ਗਵਾਇਆ ਪਰ ਜਿਹੜੇ ਪਿੱਛੇ ਛੁੱਟ ਗਏ ਨੇ ਮੇਰੀ ਦੋਵੇਂ ਹੱਥ ਜੁੜ ਕੇ ਉਹਨਾਂ ਕੋਲ ਮਾਫੀ ਆ ਕਿ ਜਾਣ ਬੁੱਝ ਕੇ ਨਹੀਂ ਛੱਡਿਆ ਮੈਂ ਦੌੜਿਆ ਹੀ ਇੰਨੀ ਤੇਜ਼ ਕਿ ਜਿਹੜੇ ਮੇਰੇ ਨਾਲ ਦੌੜ ਸਕਦੇ ਸੀ ਉਹ ਅੱਜ ਵੀ ਦੌੜ ਰਹੇ ਆ ਜਿਹੜੇ ਨਹੀਂ ਸੀ ਦੌੜ ਸਕਦੇ ਉਹਨਾਂ ਕੋਲ ਮੈਂ ਕਹੂੰਗਾ ਹੱਥ ਬੰਨ ਕੇ ਮਾਫੀ ਚਾਹੁੰਦਾ ਪਰ ਭੁੱਲਿਆ ਨਹੀਂ ਭੁੱਲਿਆ ਬਸ ਇੰਨੀ ਕਹਿਣਾ ਤੇ ਬਹੁਤ ਚੰਗਾ ਲੱਗਾ ਸਰ ਤੁਹਾਡੇ ਨਾਲ ਗੱਲਬਾਤ ਕਰਕੇ ਇਹ ਵੀ ਲੈਣ ਬਸ ਇਦੋਂ ਮਤਲਬ ਕਹਿ ਨਹੀਂ ਸਕਦੇ ਹਨਾ ਮਤਲਬ ਇੱਕ ਸਕੂਨ ਮਿਲ ਜਾਂਦਾ ਜਿਹੜਾ ਕਹਿੰਦੇ ਨੇ ਵੀ ਦਿਲ ਤੇ ਦਿਮਾਗ ਨੂੰ ਵੀ ਤੇ
ਜੱਟਾ ਡੋਲੀ ਨਾਲ ਸਿਨੇਮਾ ਘਰਾਂ ਦੇ ਵਿੱਚ 2024 ਦੀ ਪਹਿਲੀ ਫਿਲਮ ਹੈ, ਜ਼ਰੂਰ ਦੇਖੋ, ਚੰਗਾ ਸਬਜੈਕਟ ਆ, ਚੰਗਾ ਕੰਟੈਂਟ ਆ, ਤੇ ਪਿਆਰ ਦਿਓ ਤੇ ਜੁੜੇ ਰਹੋ ਚੈਨਲ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।